ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਦੀ ਪਛਾਣ ਨਹੀਂ ਹੁੰਦੀ, ਪੱਕੇ ਦੀ ਨਹੀਂ ਬਣ ਸਕਦੇ। ਜੇ ਕੱਚੀ ਅੱਟੀ ਹੈ ਨਹੀਂ ਤੇ ਪੱਕੀ ਅੱਟ ਕਿੱਧਰੋਂ ਬਣਾ ਲਓਗੇ? ਇਸ ਕਰਕੇ ਪਹਿਲਾਂ ਆਪਣੇ ਕੱਚੇ ਪਿਓ ਦੇ ਬਣੋ, ਇਹਨੂੰ ਕਹਿੰਦੇ ਬ੍ਰਹਮ ਕੇ ਬੇਟੇ, ਫਿਰ ਪੱਕੇ ਪਿਓ ਦੇ ਬਣੋਗੇ। ਹੁਣ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜਾ ਕਰਤਾਰਪੁਰ ਲਾਂਘਾ ਖੁੱਲ੍ਹਿਆ ਹੈਗਾ ਅਤੇ ਉੱਥੇ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਹੈਗਾ, ਉੱਥੇ ਜਿਹੜਾ ਵੱਡਾ ਸਾਰਾ ਕਿਰਪਾਨ ਅਤੇ ਕੀ ਖੰਡਾ ਲਾਇਆ ਹੋਇਆ ਉਹ ਗਲਤ ਹੈਗਾ। ਇਹ ਸਤਿਗੁਰੂ ਨਾਨਕ ਦੇਵ ਜੀ ਭਗਤੀ ਮਾਰਗ ਦੇ ਸੀਗੇ, ਉਹ ਸ਼ਕਤੀ ਮਾਰਗ ਦੇ ਨਹੀਂ ਸੀਗੇ। ਅਤੇ ਇਹ ਹੈਗਾ ਜਿਹੜੀ ਸਾਰੀ ਚੀਜ਼ ਹੈਗੀ, ਇਹ ਉਹ ਪਹਿਲਾਂ ਬ੍ਰਾਹਮਣ ਹੁੰਦੇ ਸੀਗੇ, ਬ੍ਰਾਹਮਣ ਜਿਹੜੇ ਸੀ ਹਿੰਦੂ ਵਿੱਚ, ਉਹ ਮੋਰਲ ਟੀਚਰ ਸੀਗੇ। ਜਦੋਂ ਉਹ ਨਿਕੰਮੇ ਹੋ ਜਾਂਦੇ ਨਾ, ਫਿਰ ਸਤਿਗੁਰੂ ਆਉਂਦਾ ਹੈਗਾ। ਪਹਿਲਾ ਸਤਿਗੁਰੂ ਜਿਹੜਾ ਦੁਨੀਆਂ 'ਚ ਆਇਆ ਉਹ ਕ੍ਰਾਈਸਟ ਜੀਜ਼ ਸੀਗਾ, ਅਤੇ ਇਹ ਨਾਨਕ ਜਿਹੜਾ ਸੀਗਾ ਇਹ ਸੈਕਿੰਡ ਕਮਿੰਗ ਆਫ ਜੀਜ਼ ਹੈਗਾ। ਕਿਉਂ? ਇੱਥੇ ਬਹੁਤ ਲੋਕ ਅਤਿਆ ਚੱਕੀ ਹੋਈ ਸੀਗੀ, ਹਮਲਾ ਕਰਦੇ ਸੀਗੇ, ਲੋਕਾਂ ਨੂੰ ਮਾਰ ਜਾਂਦੇ ਸੀਗੇ, ਲੁੱਟਮਾਰ ਕਰ ਜਾਂਦੇ ਸੀਗੇ। ਅੱਜ ਉਹ ਜਿਹੜੇ ਲੁੱਟਮਾਰ ਕਰਦੇ ਸੀ, ਅੱਜ ਉਹਨਾਂ ਦੇ ਘਰ 'ਚ ਅੱਗ ਲੱਗੀ ਹੋਈ। ਕਿਉਂ? ਇਹ ਕਲਯੁੱਗ ਦਾ ਅਖੀਰ ਹੈਗਾ, ਹੁਣ ਕਲਯੁੱਗ 2023 'ਚ ਖਤਮ ਹੋਏਗਾ, ਅਤੇ ਉਦੋਂ ਤੁਸੀਂ ਦੇਖੇ ਐਟੋਮਿਕ ਵਾਰ ਦਾ ਅੰਦੇਸ਼ਾ ਹੈਗਾ। ਅੱਗੇ ਦੇਖੋ ਜੋ ਹੁੰਦਾ ਹੈਗਾ, ਇਹ ਜਿਹੜੇ ਚੋਜ਼ਨ ਪੀਪਲ ਜਿਹਨਾਂ ਨੂੰ ਕਹੀ ਦੇ, ਜਿਹਨਾਂ ਯਹੂਦੀ ਕਹਿੰਦੇ ਆ ਤੁਸੀਂ, ਯਹੂਦੀ ਜਿਹੜਾ ਹੈਗਾ ਇਹ ਰੂਹ ਹੈਗੀ, ਜਿੱਦਾਂ ਹਿੰਦੂ ਹੈਗਾ ਉੱਦਾਂ ਯਹੂਦੀ ਹੈਗਾ, ਜਿੱਦਾਂ ਸਿੱਖ ਹੈਗਾ ਉੱਦਾਂ ਹੀ ਕ੍ਰਿਸਚੈਨਿਟੀ ਹੈਗੀ। ਅਤੇ ਇਹ ਜਿਹੜੇ ਯਹੂਦੀ ਬਣ ਗਏ ਸੀ ਜਿਸਮ ਦੇ, ਜਦੋਂ ਜਿਸਮ ਦਾ ਯਹੂਦੀ ਬਣ ਜਾਏ ਨਾ, ਇਹਨਾਂ ਦਾ ਤੁਲਕ ਇਬਰਾਹਿਮ ਨਾਲ ਟੁੱਟ ਗਿਆ ਸੀਗਾ, ਅਤੇ ਫਿਰ ਉਹ ਜੌਨ ਦੀ ਬਾਪਟਿਸਟ ਆਇਆ ਬ੍ਰਾਹਮਣ, ਉਹਨੇ ਫਿਰ ਡੁਬਕੀ ਦਿੱਤੀ ਪਾਣੀ 'ਚ, ਅਤੇ ਉਹਨਾਂ ਦਾ ਜਿਹੜਾ ਸੰਬੰਧ ਸੀ ਉਹ ਕਾਇਮ ਕੀਤਾ। ਪਾਣੀ 'ਚ ਡੁਬਕੀ ਉਹਨੇ ਇਬਰਾਹਿਮ ਦੇ ਨਾਂ 'ਤੇ ਦਿੱਤੀ ਸੀਗੀ। ਇਹ ਜਿਹੜਾ ਫਾਦਰ ਸਨ ਅਤੇ ਹੋਲੀ ਸਪਿਰਿਟ ਕਰਦੇ ਨਾ ਚਰਚਾਂ 'ਚ, ਗਲਤ ਹੈਗਾ। ਅਤੇ ਉਹ ਕਹਿੰਦਾ ਸੀ ਜੌਨ ਦੀ ਬਾਪਟਿਸਟ ਕਿ ਮੈਂ ਪਾਣੀ 'ਚ ਦੇ ਰਿਹਾ, ਕਿ ਜਿਹੜਾ ਮੇਰਾ ਆਉਣ ਵਾਲਾ ਹੋਏਗਾ ਨਾ ਬਾਅਦ 'ਚ, ਉਹ ਤੁਹਾਨੂੰ ਹੋਲੀ ਸਪਿਰਿਟ 'ਚ ਦੇਵੇਗਾ, ਸੁਰਤੀ 'ਚ। ਅਤੇ ਇਹ ਜਿਹੜਾ ਅੱਜ ਚਰਚਾਂ 'ਚ ਹੈਗਾ ਉੱਥੇ ਦਿੰਦੇ ਨੇ, ਕਰੀ ਜਾਂਦੇ ਨੇ, ਸਾਰਾ ਗਲਤ ਹੈਗਾ। ਉਹਨੇ ਨਾ ਔਰਤ ਨੂੰ ਦਿੱਤੀ ਸੀ ਪ੍ਰੈਕਟਿਸ ਕੀਤਾ ਸੀ, ਨਾ ਜੈਂਟਾਈਲ ਨੂੰ, ਅਤੇ ਨਾ ਹੀ ਸਮੈਰੀਟਨ ਨੂੰ, ਸਿਰਫ ਜੂਇਸ਼ ਪੀਪਲ ਨੂੰ ਕੀਤਾ ਸੀਗਾ ਉਹਨੇ ਡੁਬਕੀ ਦਿੱਤੀ ਸੀਗੀ, ਉਹ ਇਬਰਾਹਿਮ ਦੇ ਨਾਂ 'ਤੇ। ਅਤੇ ਜੀਜ਼ ਨੂੰ ਦਿੱਤੀ ਸੀ ਉਹਦੇ ਪਿਓ ਜਿਹੜਾ ਸੀਗਾ ਯਾਵੇ, ਬ੍ਰਹਮਾ ਦੇ ਨਾਂ 'ਤੇ, ਜੋ ਬ੍ਰਹਮਾ ਦਾ ਪਹਿਲਾ ਪੁੱਤਰ ਸੀਗਾ। ਉਹ ਬ੍ਰਹਮਾ ਯਾਵੇ ਅਤੇ ਖੁਦਾ ਇੱਕ ਚੀਜ਼ ਹੈਗੀ। ਇਹ ਭਾਂਡੇ ਹੈਗੇ, ਆਹ ਜਿਹੜੇ ਭਾਂਡਾ ਉਹਨੇ ਬਣਾਇਆ ਹੈਗਾ, ਜਿਹੜਾ ਆਪਣੇ ਰੂਹ ਹੈਗੀ ਉਹ ਪਾਰਬ੍ਰਹਮ ਅੱਲਾ ਅਤੇ ਐਲੋਹੀਮ ਇੱਕੋ ਚੀਜ਼ ਹੈਗੀ। ਅਤੇ ਪਹਿਲਾ ਪੰਥ ਜਿਹੜਾ ਹੈਗਾ ਉਹ ਹਿੰਦੂ ਹੈਗਾ। ਹਿੰਦੂ ਉਹ ਹੁੰਦਾ ਜਿਹੜਾ ਆਪਣੀ ਹੋਂਦ ਜਾਣੇ। ਜਦੋਂ ਆਪਣੇ ਪਿੰਡ 'ਚ ਕੋਈ ਅਣਜਾਣ ਆਦਮੀ ਆਉਂਦਾ ਨਾ, ਕਹੀਦਾ ਉਹਨੂੰ ਹੁੰਦਾ ਕੌਣ ਹੈ, ਉਹ ਫਿਰ ਆਪਣੀ ਜਾਤੀ ਅਤੇ ਬਾਸੀ ਦੱਸਦਾ ਹੈਗਾ ਵੀ ਮੈਂ ਆਹ ਜਾਤ ਦਾ ਹੈਗਾ, ਯਾਨੀ ਕੌਮ ਆਪਣੀ, ਅਤੇ ਨਾਲੇ ਦੱਸਦਾ ਵੀ ਫਲਾਣੇ ਪਿੰਡ ਰਹਿੰਦਾ ਹੈਗਾ। ਸਾਊਥ ਇੰਡੀਆ 'ਚ ਜਿਹੜਾ ਹੈਗਾ ਨਾ, ਮੁੰਡੇ ਦੇ ਨਾਂ 'ਚ ਚਾਰ ਹੁੰਦੇ ਨੇ, ਉਹਦੇ 'ਚ ਹੁੰਦਾ ਉਹਦੇ ਮੁੰਡੇ ਦਾ ਨਾਂ, ਫਿਰ ਉਹਦੇ ਪੇ ਦਾ ਨਾਂ, ਫਿਰ ਉਹਦੇ ਪਿੰਡ ਦਾ ਨਾਂ, ਫਿਰ ਉਹਦਾ ਗੋਤ। ਚੋਂ ਨਾ ਪਤਾ ਲੱਗ ਜਾਂਦਾ ਫਲਾਣੇ ਪਿੰਡ ਦਾ ਮੁੰਡਾ ਹੈਗਾ, ਫਲਾਣੇ ਦਾ ਪੁੱਤਰ ਹੈਗਾ। ਹੋਂਦ ਉਹਨੂੰ ਕਹੀਦਾ ਹਿੰਦੂ, ਉਹਨਾਂ 'ਚ ਸ਼ਰਮ ਹੁੰਦੀ, ਜਿਹਦੇ ਸ਼ਰਮ ਹੋਵੇ ਉੱਥੇ ਧਰਮ ਹੁੰਦਾ ਹੈਗਾ। ਇਸ ਕਰਕੇ ਸਾਊਥ ਇੰਡੀਆ 'ਚ ਕੋਈ ਭਗਤ ਨਹੀਂ ਆਇਆ। ਥੋਮਸ ਆਇਆ ਸੀਗਾ ਪਹਿਲੇ ਕ੍ਰਾਈਸਟ ਜੀਜ਼ ਦਾ, ਉਹ ਛਿੱਟਾ ਦੇ ਗਿਆ ਸੀਗਾ, ਅਤੇ ਲੋਕਲ ਬ੍ਰਾਹਮਣ ਕਹਿੰਦੇ ਇਸ ਨਿਕੰਮੇ ਨਹੀਂ ਹੋਏ, ਇਹ ਜਿਹੜਾ ਪ੍ਰਚਾਰ ਹੈਗਾ ਸਿੱਖੀ ਦਾ ਇਹ ਉਲਟ ਹੈਗਾ, ਜੋ ਹਿੰਦੂ ਨੇ ਕਰਨੀ ਸਿੱਖ ਨੇ ਉਲਟ ਕਰਨੀ ਹੈਗੀ। ਹਿੰਦੂ ਨੇ ਜੇ ਤੁਸੀਂ ਉਹਦੀ ਚਪੇੜ ਮਾਰੋ ਨੇ ਤੁਸੀਂ ਦੋ ਮਾਰਨੀਆਂ ਨੇ,
ਤੇ ਸਿੱਖ ਨੇ ਹੈਗਾ ਜੇ ਉਹਦੇ ਚਪੇੜ ਮਾਰੋ ਉਹਨੇ ਦੂਜੀ ਗੱਲ ਕਰਨੀ ਹੈਗੀ, ਉਲਟ ਕਰਨਾ ਹੈਗਾ। ਤੀਜਾ ਪੰਥ ਹੈਗਾ ਖਾਲਸਾ, ਖਾਲਸਾ ਹੈਗਾ ਪਰਉਪਕਾਰੀ, ਜੋ ਚੀਜ਼ ਹਿੰਦੂ ਨੇ ਕਰਨੀ ਉਹੀ ਖਾਲਸੇ ਨੇ ਕਰਨੀ ਹੈਗੀ, ਪਰ ਉਹਨੇ ਪੈਸੇ ਨਹੀਂ ਲੈਣੇ, ਪਰਉਪਕਾਰੀ ਕਰਨਾ। ਉਹ ਪਾਰਬ੍ਰਹਮ ਦੀ ਅਕਾਲ ਪੁਰਖ ਦੀ ਫੌਜ ਹੈਗੀ। ਅਤੇ ਫਿਰ ਹੈਗਾ ਨਿਰਮਲੇ ਸੰਤ ਜਿਹੜੇ ਹੈਗੇ ਨੇ ਚੌਥੇ ਪੰਥ ਦੇ, ਉਹ ਪ੍ਰਚਾਰ ਕਰਦੇ ਨੇ। ਉਹ ਦੋ ਧਾਰੀ ਖੰਡਾ ਜਿਹੜਾ ਹੈਗਾ ਉਹਨੂੰ ਨਾਮ ਦੇ ਖੰਡੇ ਨੂੰ ਚਲਾਉਂਦੇ, ਲੋਹੇ ਦੇ ਖੰਡੇ ਨੂੰ ਨਹੀਂ। ਇਸ ਕਰਕੇ ਜਿਹੜਾ ਖਾਲਸਾ ਹੈਗਾ ਉਹ ਸ਼ਸਤਰ ਪੂਜਾ ਕਰਦਾ ਹੈਗਾ, ਸਿੱਖ ਜਿਹੜਾ ਭਗਤੀ ਮਾਰਗ ਦਾ ਹੈਗਾ, ਅਤੇ ਹਿੰਦੂ ਜਿਹੜਾ ਹੈਗਾ ਉਹ ਵੀ ਸ਼ਿਵ ਸ਼ਿਵ ਜੇ ਸ਼ਿਵਾ ਵਰ ਮੋਹੇ। ਇਹ ਹਿੰਦੂ ਜਿਹੜੇ ਹਿੰਦੂ ਸੀਗੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਸ਼ਿਵ ਦੇ ਮੰਦਰਾਂ 'ਚ ਜਾ ਕੇ ਉੱਥੇ ਭਰਤੀ ਕਰਦੇ ਸੀ ਖਾਲਸੇ ਦੇ ਸ਼ਿਵਾ ਵਰ ਮੋਹੇ। ਸ਼ਿਵਾ ਦੇ ਜਿਹੜੇ ਪੁੱਤਰ ਹੁੰਦੇ ਬੰਦੇ ਦੇ ਪੁੱਤਰ ਹੈਗੇ ਨੇ, ਸ਼ੈਤਾਨਾਂ ਦੇ ਵੀ ਸ਼ੈਤਾਨਾਂ ਨਾਲ ਲੜੀਏ ਆਪਾਂ। ਅਤੇ ਇਹ ਇੰਟਰੋਡਕਸ਼ਨ ਨਾਲ ਹੁਣ ਤੁਹਾਨੂੰ ਸਮਝ ਆ ਜਾਏਗੀ ਕਿ ਇਹ ਜਿਹੜਾ ਕਰਤਾਰਪੁਰ ਹੈਗਾ ਉੱਥੇ ਜਿਹੜਾ ਗੁਰਦੁਆਰਾ ਬਣਿਆ ਉਹ ਤਾਂ ਸਤਿਗੁਰੂ ਨਾਨਕ ਦੇਵ ਜੀ ਦਾ ਘਰ ਹੈਗਾ, ਉਹ ਤਾਂ ਉਹਨਾਂ ਨੇ ਸਿੱਖੀ ਦਾ ਕੀਤਾ। ਸਿੱਖੀ 'ਚ ਹੈਗਾ ਭਗਤ ਜਿੱਦਾਂ ਭਗਤ ਫਰੀਦ ਜੀ ਕਹਿੰਦੇ ਜੇ ਕੋਈ ਤੁਹਾਡੇ ਚਪੇੜ ਮਾਰੇ ਤਾਂ ਦੂਜੀ ਗੱਲ ਕਰੋ, ਅਤੇ ਰੁੱਖੀ ਮਿੱਛੀ ਖਾ ਕੇ ਠੰਡਾ ਪਾਣੀ ਪੀ ਅਤੇ ਸ਼ੀਤਲ ਸੁਭਾਅ ਲਿਆ ਨੂੰ ਹੁੰਦਾ ਹੈਗਾ। ਤਦੇ ਹਰਿਮੰਦਰ ਸਾਹਿਬ ਜਿਹੜਾ ਹੈਗਾ ਉਹ ਪਾਣੀ ਦੇ ਗੱਬੇ ਬਣਿਆ, ਕਿਉਂ ਜਿੰਨਾ ਚਿਰ ਆਦਮੀ ਸ਼ੀਤਲ ਸੁਭਾਅ ਨਹੀਂ ਹੁੰਦਾ ਉਨਾ ਚਿਰ ਉਹ ਪਾਉਂਦਾ ਨਹੀਂ ਹੈਗਾ। ਬਾਕੀ ਹੈਗਾ ਬਾਣੀ ਹਰ ਇੱਕ ਦੀ ਨਹੀਂ ਸਮਝ ਆਉਂਦੀ। ਇਹ ਹੈਗਾ ਪਵਨ ਆਰੰਭ ਸਤਿਗੁਰੂ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਛੇਲਦਾ। ਇਹ ਪਵਨ ਆਰੰਭ, ਪਵਨ ਦਾ ਨਾ ਇਹ ਬਾਣੀ ਲਿਖੀ ਨਹੀਂ ਜਾ ਸਕਦੀ, ਇਹ ਜਿਹੜੀ ਲਿਖੀ ਹੈ ਨਾ ਇਹਨਾਂ ਨੇ ਇਹਦੇ 'ਚ ਗਲਤੀਆਂ ਹੈਗੀਆਂ ਨੇ। ਆਦਮੀ ਜਦੋਂ ਲਿਖਦਾ ਹੈ ਤਾਂ ਉਹਦੇ 'ਚ ਜਿਹੜੇ ਕਾਪੀ ਕਰਦੇ ਉਹ ਗਲਤੀਆਂ ਕਰ ਦਿੰਦੇ ਨੇ। ਇਹ ਕਰਤਾਰਪੁਰ ਵਾਲੀ ਬੀੜ ਜਿਹੜੀ ਅਸਲ ਸੀਗੀ ਜਿਹੜੀ, ਉਹਦੇ 'ਚ ਤੁਸੀਂ 200 ਸਫ਼ੇ ਉਹਨਾਂ ਨੇ ਸਾਫ਼ ਕੀਤੇ ਹੋਏ ਨੇ, ਅਤੇ ਕਈ ਜਗ੍ਹਾ ਰਸੌਂਤ ਨਾਲ ਉਹਨਾਂ ਨੇ ਟੁੱਟੀ ਪੁੱਟ ਕੀਤਾ ਹੋਇਆ ਹੈਗਾ। ਤੇਰਾ ਫੇਰੀ ਇਹ ਜਿਹੜੇ ਖੱਤਰੀ ਹੈਗੇ ਨੇ, ਇਹ ਜਿਹੜੇ ਉੱਥੇ ਦੇ ਜੁਟਾ ਟ੍ਰਾਈਬ ਦੇ ਲੋਕ ਸੀਗੇ ਨਾ ਮਿਡਲ ਈਸਟ 'ਚ, ਉਹਨਾਂ ਦੇ ਪਿਓ ਹੈਗੇ ਨੇ ਸ਼ੈਤਾਨ। ਅਤੇ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਪ੍ਰਗਟ ਹੋਣਾ ਸੀ, ਛੇਵੇਂ ਸਤਿਗੁਰੂ ਸੀਗੇ ਉਹ, ਛੇ ਘਰ ਛੇ ਉਪਦੇਸ਼, ਚਾਰ ਹੋਏ ਸੱਚੇ ਪਾਤਸ਼ਾਹ। ਜਦੋਂ ਛੇਵੇਂ ਅਖੀਰਲੇ ਸਤਿਗੁਰੂ ਨੇ ਪੈਦਾ ਹੋਣਾ ਹੈ ਹੋਣਾ ਸੀ ਨਾ ਜ਼ਹਿਰ, ਉਦੋਂ ਇੱਥੇ ਉਸੇ ਪਿੰਡ 'ਚ 22 ਮੰਜੀਆਂ ਡਾਹ ਕੇ ਬਹਿ ਗਏ ਸੀਗੇ ਖੱਤਰੀ। ਇੰਨੇ ਨਡਰ ਅਤੇ ਇੰਨੇ ਲੁਟੇਰੇ ਹੈਗੇ ਉਹ, ਖੱਤਰੀ ਪੁੱਤਰਮ ਕਿਸੇ ਨਾ ਮਿੱਤਰਮ, ਮਿੱਤਰਮ ਵੀ ਮਿੱਤਰਮ ਦਗਾ ਦਿੱਤਰਮ। ਇਹਨਾਂ ਖੱਤਰੀਆਂ ਨੇ ਨਾ ਸਤਿਗੁਰੂਆਂ ਦੇ ਠੁੱਡੇ ਮਾਰੇ, ਉਹਨਾਂ ਨੂੰ ਬੜਾ ਬੁਰਾ ਭਰਾ ਬੋਲਿਆ। ਜੱਟਾਂ ਨੇ ਇਹਨਾਂ ਦੀ ਬਹੁਤ ਇੱਜ਼ਤ ਕੀਤੀ ਸੀ, ਇਸ ਕਰਕੇ ਸਿੱਖੀ 'ਚ ਜੱਟ ਜਿਹੜੇ ਸੀਗੇ ਮੈਕਸੀਮਮ ਸੀਗੇ 60-70%, ਖੱਤਰੀ ਲੈੱਸ ਦੈਨ 1%, ਬਹੁਤ ਘੱਟ ਸੀਗੇ ਜਿਹਨਾਂ ਨੇ ਅਪਣਾਈ ਸਿੱਖੀ। ਅਤੇ ਇਹ ਜਿਹੜਾ ਹੈਗਾ ਆਪਣੇ ਹਰਿਮੰਦਰ ਸਾਹਿਬ ਇੱਥੇ ਜਿਹੜੀ ਕਿਰਪਾਨ ਜਾਂ ਹਥਿਆਰ ਰੱਖੇ ਨੇ, ਨਾ ਸਿੱਖ ਦਾ ਹੈਗਾ ਨਾ ਕੋਈ ਬੈਰੀ ਨਾ ਹੈ ਮਗਾਨਾ, ਇਹ ਜਿਹੜੇ ਕਮਲੇ ਹੈਗੇ ਨੇ ਜਿਹੜੇ ਕਿਰਪਾਨ ਨਾਲ ਚੱਕੀ ਫਿਰਦੇ ਨੇ ਅਤੇ ਖਾਲਿਸਤਾਨ ਬਣਾਉਂਦੇ ਨੇ, ਇਹਨਾਂ ਤੁਸੀਂ ਜੁੱਤੀਆਂ ਪੈਂਦੀਆਂ ਦੇਖਿਆ ਜੀ। ਭਿੰਡਰਾਂਵਾਲਾ ਜਿਹੜਾ ਸੀਗਾ ਨਾ ਉਹ ਸਿੱਖ ਸੀਗਾ ਅਤੇ ਨਾ ਉਹ ਖਾਲਸਾ ਸੀਗਾ, ਉਹ ਟੈਰਰਿਸਟ ਸੀਗਾ। ਇਸ ਹਰਿਮੰਦਰ ਸਾਹਿਬ ਜਿਹੜਾ ਹੈਗਾ ਇਹ ਸਿੱਖਾਂ ਦਾ ਘਰ ਹੈਗਾ, ਅਤੇ ਨਾਲੇ ਹੈਗਾ ਅਕਾਲ ਤਖ਼ਤ ਜਿਹੜਾ ਹੈਗਾ ਨਿਰਮਲੇ ਸੰਤਾਂ ਦਾ ਹੈਗਾ। ਜਦੋਂ ਸਤਿਗੁਰੂ ਤੇਗ ਬਹਾਦਰ ਜੀ ਇੱਥੇ ਆਏ ਸੀ, ਆਪਣੇ ਹਰਿਮੰਦਰ ਸਾਹਿਬ ਆਏ ਸੀ, ਆਪਣੇ ਘਰ ਆਏ ਸੀ ਨਾ, ਇਹਨਾਂ ਛੋਟੀ ਖੱਤਰੀਆਂ ਨੇ ਕੁੰਡਾ ਬੰਦ ਕਰ ਲਿਆ ਸੀ, ਉਹਨਾਂ ਨੂੰ ਵੜਨ ਦਿੱਤਾ ਸੀ ਅੰਦਰ ਵੀ ਕਿੱਥੇ ਹੈਗਾ ਜਾਂ ਦੌੜ ਜਾ। ਅਤੇ ਉਹ ਜਿਹੜੀਆਂ ਉਹਨਾਂ ਜਨਾਨੀਆਂ ਸੀ ਉਹਨਾਂ ਨੇ ਉਹਨਾਂ ਦੀ ਸੇਵਾ ਆਦਰ ਪਾਦਰ ਕੀਤੀ, ਅਤੇ ਇਸ ਲਈ ਕਹਿ ਗਏ ਸੀ
ਅੰਮ੍ਰਿਤਸਰੀਏ ਅੰਦਰ ਸੜੀਏ, ਅੰਮ੍ਰਿਤਸਰੀਏ ਦਾ ਬੇਈਮਾਨ ਲੋਕ ਜਿਹੜੇ ਹੈਗੇ ਨੇ, ਜਿੰਨੇ ਅੰਮ੍ਰਿਤਸਰ ਦੇ ਹੈਗੇ ਉਹਨੇ ਕਿਤੇ ਨਹੀਂ ਮਿਲਣੇ ਤੁਹਾਨੂੰ ਦੁਨੀਆਂ 'ਚ। ਅਤੇ ਇਹ ਫਿਰ ਸਤਿਗੁਰੂ ਤੇਗ ਬਹਾਦਰ ਜੀ ਤੜੇ ਫਿਰ ਕਹਿੰਦੇ ਵੀ ਚੇਨਈ ਚਾਹੀਦਾ ਤੁਹਾਨੂੰ ਸਤਿਗੁਰੂ ਦਾ ਉਪਦੇਸ਼, ਮੈਂ ਉੱਥੇ ਜਾਣਾ ਜਿੱਥੇ ਉਹਦੀ ਕਦਰ ਹੈਗੀ। ਇਸ ਕਰਕੇ ਇਹੋ ਪਟਨਾ ਸਾਹਿਬ ਆਏਗੀ, ਪਟਨ ਹੁੰਦੀ ਮੰਡੀ, ਮੰਡੀ 'ਚ ਹੁੰਦੇ ਵਪਾਰੀ, ਵਪਾਰੀ ਲੋਕ ਜਿਹੜੇ ਹੁੰਦੇ ਨੇ ਉਹ ਚਤੁਰ ਚੜਾਕ ਹੁੰਦੇ ਨੇ, ਸਮਝਦਾਰ ਹੁੰਦੇ ਨੇ, ਉੱਥੇ ਉਹਨਾਂ ਨੇ ਜਾ ਕੇ ਪ੍ਰਚਾਰ ਕੀਤਾ ਜੀ ਆਪਣਾ। ਅਤੇ ਫਿਰ ਜਦੋਂ ਆਏ ਵਾਪਸ ਵੀ ਅੰਧੇਰਾ ਦੇਖੇ ਕਿੰਨਾ ਕੁ ਮਚਾਇਆ, ਅਤੇ ਉਹਨਾਂ ਨੇ ਖੂਬ ਮਚਾਇਆ ਜੀ। ਅਤੇ ਫਿਰ ਉਹਨਾਂ ਨੇ ਆਪਣਾ ਸੀਸ ਦਿੱਤਾ ਸੀ, ਆਪਣੇ ਸਿੱਖੀ ਦੇ ਸੀਗੇ, ਉਹ ਸੀਗੇ ਸਿੱਖੀ ਦੇ ਸਿੱਪਾ ਸਲਾਰ, ਉਹਨਾਂ ਦੇ ਨਾਲ ਜਿਹੜੇ ਸਿਪਾਹੀ ਸੀ ਸਿੱਖ ਉਹ ਵੀ ਨਾਲ ਉਹਨਾਂ ਨੇ ਸ਼ਹੀਦੀ ਦਿੱਤੀ ਸੀ, ਉਹਨਾਂ ਨੇ ਸੀਸ ਨਹੀਂ ਕੀਤਾ, ਉਹਨਾਂ ਨੇ ਖੁੱਲ੍ਹੇ ਦਿਲ ਨਾਲ ਦਿੱਤੀ ਸੀ। ਕਿਉਂ? ਭਗਤੀ ਮਾਰਗ ਦਾ ਜਿਹੜਾ ਨਾ ਅੱਤ ਉਹ ਉੱਥੇ ਦਿਖਾ ਲਿਆ ਸੀ ਉਹਨਾਂ ਨੇ। ਫਿਰ ਜਦੋਂ ਅੱਤ ਹੋ ਗਿਆ ਫਿਰ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਫਿਰ ਕਿਰਪਾਨ ਨਾਲ ਸੋਧੇ ਉਹਨਾਂ ਨੂੰ, ਜਿਹੜਾ ਛੇਵੀਂ ਜੋਤ ਹੈਗੀ ਉਹ ਸੱਚੇ ਪਾਤਸ਼ਾਹ ਹਰਗੋਬਿੰਦ ਜੀ ਹੈਗੇ ਨੇ। ਸੱਚੇ ਪਾਤਸ਼ਾਹ ਜਿਹੜਾ ਹੈਗਾ ਉਹ ਡੰਡਾ ਚੜਾਉਂਦਾ ਹੈਗਾ, ਉਹ ਭਗਤੀ ਮਾਰਗ ਜਿਹੜਾ ਮੂੰਹ ਨਹੀਂ ਸਮਝਦਾ ਉਹਨੂੰ ਫਿਰ ਡੰਡੇ ਨਾਲ ਸਮਝਾਉਂਦੇ ਉਹ। ਅਤੇ ਹਰ ਰਾਏ ਉਹਨਾਂ ਨੇ ਇਲਾਜ ਕਰਕੇ ਲੋਕਾਂ ਨੂੰ ਦੱਸਿਆ ਵੀ ਜਿਹੜੇ ਬਿਮਾਰ ਸੀ ਉਹਨਾਂ ਨੂੰ ਇਲਾਜ ਕੀਤਾ ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਵੀ ਬੰਦੇ ਬਣ ਜਾਓ। ਅਤੇ ਫਿਰ ਹਰਕ੍ਰਿਸ਼ਨ ਜੀ ਨੇ ਬਾਣੀ ਦੀ ਖੂਬ ਵਿਆਖਿਆ ਕੀਤੀ ਸੀਗੀ, ਸਿੱਖਾਂ ਨੂੰ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ। ਅਤੇ ਫਿਰ ਵੀ ਦੇਖ ਲਓ ਇੰਨੀ ਵਿਆਖਿਆ ਕਰਨ ਦੇ ਬਾਅਦ ਵੀ ਉਹਨਾਂ ਨੂੰ ਇਹ ਲੁੱਟਦੇ ਰਹੇ ਨੇ ਖੱਤਰੀ। ਸਿੱਖ ਜਿਹੜਾ ਹੁੰਦਾ ਕੋਟਨ ਮੇਕ ਹੁੰਦਾ ਹੈਗਾ, ਆਮ ਨਹੀਂ ਮਿਲਦਾ ਉਹ ਸਿੱਖ ਜਿਹੜਾ ਹੁੰਦਾ, ਉਹ ਏਦਾਂ ਨਹੀਂ, ਉਹ ਆਪਣੀ ਲੋਕਾਂ ਦੀਆਂ ਤਰੀਫਾਂ ਨਹੀਂ ਭਾਲਦਾ, ਉਹਦੀ ਹੁੰਦੀ ਲੋਕਾਂ ਵੱਲ ਪਿੱਠ ਹੁੰਦੀ ਗੀ, ਮੂੰਹ ਹੁੰਦਾ ਉਹਦਾ ਅਕਾਲ ਪੁਰਖ ਵੱਲ। ਜਿਹੜੇ ਲੋਕਾਂ ਦੀ ਤਰੀਫਾਂ ਭਾਲਦੇ ਮਨਮੁੱਖ, ਉਹਨਾਂ ਦਾ ਮੂੰਹ ਹੁੰਦਾ ਹੈਗਾ ਲੋਕਾਂ ਵੱਲ ਅਤੇ ਪਿੱਠ ਹੁੰਦੀ ਅਕਾਲ ਪੁਰਖ ਵੱਲ। ਪਿੱਠ ਦਾ ਮਤਲਬ ਨਹੀਂ ਛੱਡ ਦਿੱਤਾ ਤੂੰ, ਤੂੰ ਜਾ ਸਾਨੂੰ ਤਾਂ ਪੈਸਾ ਚਾਹੀਦਾ ਹੈਗਾ। ਅਤੇ ਇਹ ਜਿਹੜਾ ਹੈਗਾ ਹਰਿਮੰਦਰ ਸਾਹਿਬ, ਇੱਥੇ ਭਗਤ ਕਬੀਰ ਜੀ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸੰਬੰਧੇ, ਇਹ ਜਿਹੜਾ ਸਲੋਕ ਹੈਗਾ ਨਾ ਇਹ ਲਿਖਣਾ ਚਾਹੀਦਾ ਹੈਗਾ ਉਰਦੂ ਅਤੇ ਪੰਜਾਬੀ 'ਚ। ਅਤੇ ਇਹਦੇ ਜਿਹੜਾ ਹੈਗਾ ਨਾ ਸਲੋਕ ਲਿਖ ਕੇ ਉਹਦੇ ਪਾਸੇ ਦੇ ਦੋਨੋਂ ਪਾਸੇ ਨਾ ਜਿਹੜਾ ਮਨੋਰਾ ਹੈਗਾ ਨਾ ਆਪਣੇ ਜੂਹਾਂ ਦਾ ਉਹ ਬਣਾਉਣਾ ਚਾਹੀਦਾ ਹੈਗਾ। ਮਨੋਰਾ ਜਿਹੜਾ ਹੈਗਾ ਉਹ ਦੱਸਦਾ ਵੀ ਸਤਿਗੁਰੂ ਲਈ ਬਾਰੇ ਦੱਸਦਾ ਹੈਗਾ, ਆਹ ਹੈਗਾ ਉਹ ਮਨੋਰਾ। ਅਤੇ ਆ ਗਏ ਭਾਂਡੇ, ਭਾਂਡਾ ਜਿਹੜਾ ਘੁਮਿਆਰ ਨੇ ਬਣਾਏ ਨੇ, ਘੁਮਿਆਰ ਹੈਗਾ ਬ੍ਰਹਮਾ ਖੁਦਾ ਅਤੇ ਇਹ ਕੁਦਰਤ ਦੇ ਹੈਗੇ ਨੇ, ਕੁਦਰਤ ਖੁਦਾਏ ਜੀ ਨੂਰ ਅੱਲਾ ਦਾ, ਇਹ ਭਾਂਡੇ ਜਿਹੜੇ ਕੁਦਰਤ ਨੇ ਬਣਾਏ ਨੇ, ਤਿੰਨ ਚੰਗੇ ਅਤੇ ਤਿੰਨ ਮੰਦੇ, ਜਿੱਥੇ ਚੰਗਾ ਵੀ ਹੁੰਦਾ ਉੱਥੇ ਮੰਦਾ ਵੀ ਹੁੰਦਾ ਨਾ। ਅਤੇ ਆਹ ਜਿਹੜੀ ਗਬਲੀ ਹੈਗੀ ਨਾ ਜਿਹੜੀ ਬੱਤੀ ਜਿਹਦੇ ਤੋਂ ਜਲਾਉਂਦੇ ਨੇ, ਇਹਨਾਂ ਬੱਤੀਆਂ ਨੂੰ ਜਲਾਉਂਦੇ ਨਾ, ਇਹ ਹੈਗੀ ਇਹ ਐਲੋਹੀਮ ਅੱਲਾ ਅਤੇ ਪਾਰਬ੍ਰਹਮ ਦੀ, ਇਹ ਹੈਗੀ ਜਿਹੜਾ ਪਾਰਬ੍ਰਹਮ ਜਿਹਦੀ ਚੱਪ ਦੀ ਰੂਹ ਹੈਗੀ ਇੱਥੋਂ ਮਿਲਦੀ ਹੈਗੀ। ਜਿਹੜਾ ਹਰਫ ਅੱਲਾ ਹੈਗਾ ਨਾ ਇੱਲਾ ਤੋਂ ਬਣਿਆ, ਇੱਲਾ ਹੁੰਦਾ ਕਬੀਲੇ ਦਾ ਪਿਓ, ਆ ਹੈਗੇ ਕਬੀਲੇ ਦੇ ਪਿਓ। ਜਿਹੜਾ ਹੈਗਾ ਨਾ ਅਲ ਇੱਲਾ ਦੀ ਫਾਦਰ, ਇਹ ਹੈਗਾ ਸਪਿਰਚੁਅਲ ਫਾਦਰ, ਜਿਹੜਾ ਰੂਹ ਦਾ ਹੈਗਾ ਪਿਓ ਉਹ ਇਹ ਹੈਗਾ, ਇਹ ਕਬੀਲੇ ਦੇ ਪਿਓ ਆ ਰੂਹ ਦਾ ਪਿਓ। ਰੂਹ ਦਾ ਪਿਓ ਹੈਗਾ ਉਹਦੇ ਪੁੱਤਰ ਵੀ ਹੈਗੇ ਨਾ, ਉਹ ਪੁੱਤਰ ਜਿਹੜੇ ਹੈਗੇ ਨੇ ਉਹ ਨੂਰ ਹੈਗਾ, ਅਤੇ ਇਹਦੀ ਤੀਵੀਂ ਜਿਹੜੀ ਹੈਗੀ ਉਹਨੂੰ ਹੋਲੀ ਸਪਿਰਿਟ ਕਹਿੰਦੇ ਨੇ। ਅਤੇ ਲੋਕੀ ਕਹਿੰਦੇ ਨਾ ਮੁੱਲਾ ਜਿਹੜੇ ਹੈਗੇ ਨੇ ਵੀ ਉਹਦੀ ਤੀਵੀਂ ਹੈ, ਇਹ ਤਾਂ ਪੁੱਤਰ ਕਿੱਥੋਂ ਬਣਾ ਲਏਗਾ, ਬੜੀ ਸੋਹਣੀ ਦਿੰਦੇ ਨੇ ਉਹਨਾਂ ਨੂੰ ਏਦਾਂ ਦੀ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅੱਲਾ ਦੇਵੇ ਤਾਂ ਤਦ ਮਿਲਦੀਆਂ ਨੇ, ਆਮ ਨਹੀਂ ਮਿਲਦੀਆਂ। ਸ਼ਾਹ ਸ਼ਮਸ ਤਬਰੇਜ਼ ਨੇ ਕੀਤਾ ਸੀਗਾ ਆਪਣੇ ਅਸਲੀ ਇਸਲਾਮ ਦਾ ਪ੍ਰਚਾਰ, ਸ਼ਰੀਆ ਫਰੀ ਹੁੰਦਾ ਇਸਲਾਮ, ਕਿ ਆ ਜਿਹੜਾ ਨੂਰ ਹੈਗਾ ਇਹਦੇ 'ਤੇ ਸ਼ਰੀਆ ਨਹੀਂ ਲੱਗਦੀ। ਜਿਹੜੇ ਨੂਰ ਵਿੱਚ ਹੁੰਦੇ ਨੇ ਜਿਹੜੇ ਵੜ ਜਾਂਦੇ ਨੇ ਉਹਨਾਂ ਨੂੰ ਸ਼ਰੀਆ ਨਹੀਂ ਲੱਗਦੀ, ਸਾਧੂਆਂ ਨੂੰ ਨਹੀਂ ਲੱਗਦੀ ਸ਼ਰੀਆ, ਨਾਗੇ ਸਾਧੂ ਇਹ ਤਾਂ ਹੁੰਦੇ ਨੇ, ਉਹਨਾਂ ਨੂੰ
ਆਪਣੀ ਜਿਹੜੀ ਦੁਨੀਆਂ ਹੈਗੀ ਉਹਦੇ ਤੋਂ ਬਾਹਰ ਰਹਿਣਾ ਪੈਂਦਾ ਹੈਗਾ। ਦੁਨੀਆਂ ਨੇ ਆਪਣੇ ਦੁਨੀਆਂ ਦੇ ਜਿਹੜੇ ਹੈਗੇ ਨਾ ਲੋਕ ਰਾਜ ਦੇ ਹਿਸਾਬ ਨਾਲ ਚੱਲਣਾ ਹੈਗਾ। ਉਹਨਾਂ ਨੂੰ ਬ੍ਰਹਮ ਉਹਨਾਂ ਨੂੰ ਹੁੰਦੀ ਕਿ ਪਾਰ ਬ੍ਰਹਮ ਦੀ ਲਾਜ ਤੇ ਉਹਨਾਂ ਦੇ ਹੁੰਦਾ ਭਾਉ ਉਹਨਾਂ ਦੇ ਦਿਲ ਲਈ ਭਾਉ ਵੀ ਭਾਉ ਹੁੰਦਾ ਵੀ ਸਾਡੇ ਤੋਂ ਗਲਤੀ ਨਾ ਹੋ ਜਾਏ ਤੇ ਉਹ ਵੀ ਮੈਂ ਦੱਸਦਾ ਹੈਗਾ। ਤੇ ਇਹ ਹੈਗਾ ਆਪਣੇ ਮਨੋਰਾ ਇਹ ਲਾਉਣਾ ਚਾਹੀਦਾ। ਆਹ ਜਿਹੜੀ ਬੱਤੀ ਗੱਭੇ ਹੈਗੀ ਇਹ ਸਤਿਗੁਰੂ ਜੀ ਦੀ ਇਹ ਪਹਿਲਾਂ ਸਾਰਿਆਂ ਦੇ ਇੱਕ ਬਰਾਬਰ ਹੁੰਦੀ ਸੀਗੀ ਤੇ ਸਤਿਗੁਰੂ ਜੀ ਜਦੋਂ ਆ ਜਾਂਦੇ ਨਾ ਕਲਯੁਗ ਉਦੋਂ ਇਹ ਉੱਪਰ ਚੱਕੀ ਜਾਂਦੀ ਤੇ ਇਹ ਜਿਹੜੀ ਹੈਗੀ ਬੱਤੀ ਤੇ ਇਹ ਬੋਧੀ ਜਿਹੜੀ ਹੈਗੀ ਆਪਣੇ ਆ ਹੈਗਾ ਨਾ ਜਿਹੜਾ ਹਰੀ ਓਮ ਸ਼ਾਂਤੀ ਤੋਂ ਹਰ ਇੱਕ ਓਮਕਾਰ ਬਣਿਆ ਨਾ ਆ ਹੈਗਾ ਹਰੀ ਓਮ ਸ਼ਾਂਤੀ ਬ੍ਰਹਮਾ ਵਿਸ਼ਨੂੰ ਸ਼ਿਵ ਜਾਂ ਉਹ ਤਿੰਨ ਜਿਹੜੇ ਬੱਤੀਆਂ ਦਿਖਾਦੀਆਂ ਉਹ ਲਾ ਲਓ ਤੇ ਆਹ ਜਿਹੜੀ ਕਿ ਮਨ ਤੇ ਮਨ ਹੈਗਾ ਟੋਡੀ ਗੱਭੇ ਜਿਹੜਾ ਹੁੰਦਾ ਮਨ ਹੈਗਾ ਮਨ ਦੇ ਉੱਪਰ ਹੁੰਦੀ ਬੋਧੀ ਆਹ ਜਿਹੜੀ ਬੋਧੀ ਹੈਗੀ ਇਹਨੂੰ ਗੱਠ ਦਿੱਤੀ ਹੋਈ ਜਿੱਦਾਂ ਆਪਾਂ ਜਾਣਾ ਹੋਵੇ ਨਾ ਕਿਸੇ ਸਫ਼ਰ ਤੇ ਤਾਂ ਕਹੀਦਾ ਵੀ ਆਹ ਸੁਨੇਹਾ ਫਲਾਨੇ ਨੂੰ ਦੇ ਦੀ ਆਹ ਸੁਨੇਹਾ ਫਲਾਨੇ ਨੂੰ ਦੇ ਦੀ ਉਹ ਆਦਮੀ ਆਪਣੇ ਕੱਪੜੇ ਨੂੰ ਗੱਠ ਦੇ ਲੈਂਦਾ ਜਦੋਂ ਜਾਂਦਾ ਉੱਥੇ ਤਾਂ ਉਹਨੂੰ ਯਾਦ ਆਉਂਦਾ ਵੀ ਇਹ ਗੱਠ ਕਾਹਤੋਂ ਦਿੱਤੀ ਹੈਗੀ ਉਹ ਫਿਰ ਸੁਨੇਹਾ ਦੇ ਦਿੰਦਾ ਹੈਗਾ। ਇਸ ਲਈ ਆਹ ਜਿਹੜੀ ਬੋਧੀ ਨੂੰ ਗੱਠ ਦਿੱਤੀ ਇਹ ਸਤਿਗੁਰੂ ਜੀ ਦਿੱਤੀ ਇਹ ਮਨ ਦਾ ਇਹ ਜਿਹੜਾ ਸਤਿਗੁਰੂ ਹੁੰਦਾ ਮਨ ਉਹਨੂੰ ਸਿਕਸ਼ਾ ਦਿੰਦਾ ਤਨ ਨੂੰ ਨਹੀਂ ਜਿਹੜਾ ਤਨ ਨੂੰ ਦੇਵੇ ਉਹਨੂੰ ਗੁਰੂ ਕਹੀਦਾ ਹੈਗਾ ਮਾਤਾ ਪਿਤਾ ਤੇ ਪੰਡਿਤ ਇਹ ਤਿੰਨ ਗੁਰੂ ਹੈਗੇ ਨੇ ਇਹ ਚੌਥਾ ਗੁਰੂ ਹੈਗਾ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਹੈਗਾ ਹਰੀ ਓਮ ਸ਼ਾਂਤੀ ਹਰੀ ਓਮ ਚ ਸ਼ਾਂਤੀ ਤੋਂ ਬੰਦਾ ਹਰ ਇੱਕ ਅੰਕਾਰ ਆ ਜਿਹੜੀ ਰਾਮ ਕਿਰਿਆ ਹੈਗੀ ਇਹ ਬੰਧਨ ਹੈਗਾ ਇੱਥੇ ਹਰ ਇੱਕ ਓਮਕਾਰ ਚ ਬੰਧਨ ਟੁੱਟ ਜਾਂਦਾ ਹੈਗਾ ਇਹਨੂੰ ਹਰ ਇੱਕ ਓਮਕਾਰ ਪੜ੍ਹਨਾ ਜਿਹੜਾ ਇਹਨੂੰ ਪੜ੍ਹਨਾ ਇਹ ਓਮਕਾਰ ਤੇ ਫਲਾਨਾ ਫਲੂਨਾ ਇਹ ਸਾਰੇ ਪਖੰਡ ਹੈਗੇ ਨੇ ਤੇ ਹਰ ਇੱਕ ਓਮਕਾਰ ਹੈਗਾ ਤੇ ਨਾਨਕ ਜਿਹੜਾ ਹੈਗਾ ਉਹ ਸਤਿਗੁਰੂ ਸੀਗਾ ਸੱਤ ਦਾ ਉਹਨੇ ਸੱਤ ਦਾ ਪ੍ਰਚਾਰ ਕੀਤਾ ਮਨ ਜਿਹੜੀ ਬੋਧੀ ਹੈਗੀ ਉਹਦਾ ਸੀਗਾ ਸਤਿਗੁਰੂ ਇਹ ਜਿਹੜੇ ਗੁਰੂ ਹੈਗੇ ਨੇ ਮਾਤਾ ਪਿਤਾ ਦੇ ਪੰਡਿਤ ਮੋਰਲ ਟੀਚਰ ਜਿਹੜਾ ਆਦਮੀ ਨਾਨਕ ਨੂੰ ਕਹਿੰਦਾ ਨਾ ਗੁਰੂ ਨਾਨਕ ਉਹਨੂੰ ਥੱਲੇ ਲੈ ਆਉਂਦਾ ਹੈਗਾ ਬੰਮ ਦੇ ਬਰਾਬਰ ਲੈ ਆਉਂਦਾ ਹੈਗਾ ਤੇ ਉਹ ਬੇਅਦਬੀ ਹੈਗੀ ਜਿਹੜਾ ਸੱਚੇ ਪਾਤਸ਼ਾਹ ਨੂੰ ਕਹਿੰਦਾ ਸਤਿਗੁਰੂ ਸਤਿਗੁਰੂ ਤੋਂ ਉੱਪਰ ਹੁੰਦਾ ਸੱਚੇ ਪਾਤਸ਼ਾਹ ਜਿਹੜਾ ਸੱਚੇ ਪਾਤਸ਼ਾਹ ਨੂੰ ਸਤ ਕਹਿ ਰਿਹਾ ਗੁਰੂ ਜਿੱਦਾਂ ਗੋਬਿੰਦ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਹੈਗੇ ਗੋਬਿੰਦ ਸਿੰਘ ਜੀ ਰੋਇਲ ਕਿੰਗ ਜਿਹੜਾ ਉਹਨਾਂ ਨੂੰ ਕਹਿੰਦਾ ਨਾ ਗੁਰੂ ਗੋਬਿੰਦ ਸਿੰਘ ਉਹਦਾ ਤੁਸੀਂ ਪੁੱਛੋ ਨਾ ਵੀ ਕਿੰਨੀ ਬੇਅਦਬੀ ਕਰਦਾ ਹੈਗਾ ਉਹ ਇਸ ਕਰਕੇ ਸਿੱਖ ਜਿਹੜਾ ਹੁੰਦਾ ਕੋਟਨ ਏਕ ਹੁੰਦਾ ਇਸੇ ਤਰ੍ਹਾਂ ਮੁਸਲਮਾਨ ਜਿਹੜਾ ਹੁੰਦਾ ਉਹ ਵੀ ਪੱਕਾ ਸਿੱਖ ਜਿਹੜਾ ਹੋਵੇ ਉਹ ਮੁਸਲਮਾਨ ਹੁੰਦਾ ਹੈਗਾ ਗੁਰਮੁਖ ਗੁਰਮੁਖ ਸਿੱਖ ਉਹ ਅੱਲਾ ਚ ਅੱਲਾ ਉਹਦੇ ਚ ਤੇ ਜਿਹੜਾ ਅਬੁੱਲ ਅੱਲਾ ਨੂਰ ਪਾਇਆ ਉਹਦੇ ਚ ਸਾਰਾ ਭਗਤ ਕਬੀਰ ਜੀ ਨੇ ਦੱਸਿਆ ਹੈਗਾ ਖਾਲਿਕ ਤੇ ਖਲਿਕ ਜਿਹੜੀ ਰਾਇ ਜਿਹੜੇ ਆਦਮੀ ਹੈਗੇ ਤੇ ਜਿਹੜਾ ਮਾਲਿਕ ਹੈ ਉਹਦਾ ਉਹਦੇ ਵਿੱਚ ਹੈਗਾ ਇੱਕ ਹੈਗੇ ਨੇ ਦੋ ਮੈਦਾਨੀ ਇਸ ਕਰਕੇ ਜਦੋਂ ਕਿਸੇ ਨੂੰ ਚਪੇੜ ਮਾਰਦੇ ਆ ਤੁਸੀਂ ਜਿਹੜਾ ਵਿੱਚ ਬੈਠਾ ਨਾ ਉਹਦੇ ਚਪੇੜ ਲੱਗਦੀ ਹੈ ਇਸ ਕਰਕੇ ਭਗਤੀ ਮਾਰਗ ਵਿੱਚ ਕਿਸੇ ਦੀ ਚਪੇੜ ਨਹੀਂ ਮਾਰੀਦੀ ਸ਼ਕਤੀ ਮਾਰਗ ਵਿੱਚ ਜਿਹੜਾ ਮੂੰਹ ਨਾਲ ਨਹੀਂ ਸਮਝਦਾ ਉਹਨੂੰ ਫਿਰ ਡੰਡੇ ਨਾਲ ਸਮਝਾਈਦਾ ਹੈਗਾ ਤੇ ਪਹਿਲਾ ਜਿਹੜਾ ਸਤਿਗੁਰੂ ਸੀਗਾ ਜੀ ਉਹਨੇ ਭਗਤੀ ਮਾਰਗ ਦਾ ਕੰਮ ਕੀਤਾ ਸੀਗਾ ਇਸ ਕਰਕੇ ਉਹਨੇ ਜਿਹੜਾ ਬ੍ਰਾਹਮਣ ਸੀਗਾ ਉਹਨੇ ਮੋਰਲ ਟੀਚਰ ਲੋਕਾਂ ਨੂੰ ਪਿਓ ਦਾ ਬਣਾਇਆ ਪਹਿਲਾਂ ਕੱਚੇ ਪਿਓ ਦਾ ਉਹਨੇ ਡੁਬਕੀ ਦਿੱਤੀ ਸੀ ਇਬਰਾਹਿਮ ਦੇ ਨਾਂ ਤੇ ਜੀਜੇ ਨੇ ਦਿੱਤੀ ਸੀ ਉਹਦੇ ਪਿਓ ਯਾਵੇ ਦੇ ਨਾਂ ਤੇ ਤਦੇ ਉਹਦਾ ਨਾਂ ਯਸ਼ੋਆ ਹੈਗਾ ਨਾ ਤੇ ਆ ਹੈਗਾ ਜਿਹੜਾ ਆਪਣੇ ਨਾ ਇੱਥੇ ਹੈਗੇ ਜਿਹੜੇ ਲੋਕ ਆਉਂਦੇ ਨੇ ਸਤਿਗੁਰੂ ਅੰਗਦ ਦੇਵ ਜੀ ਨੂੰ ਉਹਨਾਂ ਦੀ ਹੋਮੇ ਪੰਨੀ ਉਹਨਾਂ ਬਾਲੜੀਆਂ ਨੂੰ ਫਿਰ ਨਵੇਂ ਨਵੀਆਂ ਨੂੰ ਸਤਿਗੁਰੂ ਅਮਰਦਾਸ ਜੀ ਦੇ ਹੱਥ ਪੜਾਇਆ ਅਮਰਦੇਵ ਜੀ ਦੇ ਸੋਰੀ ਅਮਰਦੇਵ ਜੀ ਦੇ ਹੱਥ ਪੜਾਇਆ ਤੇ ਉਹਨਾਂ ਨੇ ਉਹਨਾਂ ਦੀ ਦੁਬਧਾ ਪੰਨੀ ਫਿਰ ਉਹਨਾਂ ਨੇ ਸਤਿਗੁਰੂ ਰਾਮਦਾਸ ਜੀ ਦੇ ਪੜਾਇਆ ਉਹਨਾਂ ਨੂੰ ਉਹਨਾਂ ਦਾ ਲੋਭ ਪੰਨਿਆ
such more. Kaam itega, krodh, ajde, jada hunda na kija, murakh hunda krodhi hunda ga. E kija, inu kene once born. Yodho tuni dvija vanjane, nil pashan hogi, parbrahm hi ho jane gi, ek pita hum bare ko te, aithe jadi love hi, inu kene prem ek duye na, agape love. Aithe arrows, jisam di, agape. ਹਰ ਇੱਕ ਨਾ ਤੁਹਾਡਾ ਭੈਣ ਉਹ ਹਰ ਇੱਕ ਜਿਹੜਾ ਤੁਹਾਡਾ ਭਾਈ ਹੈਗਾ ਕੋਈ ਬਗਾਨਾ ਨਹੀਂ ਹੈਗਾ ਇਹਦੇ ਚ ਭੈਣ ਕੋਈ ਨਹੀਂ ਹੁੰਦੀ ਉਹਦੇ ਪੁੱਤਰ ਪਾਰਬ੍ਰਹਮ ਦੇ ਪੁੱਤਰ ਵਿਆਹੀ ਉਹ ਔਰਤ ਹੈਗੀ ਵਿਆਹੀ ਆਦਮੀ ਹੈਗਾ ਦੋਨੋਂ ਪੁੱਤਰ ਹੈਗੇ ਨੇ ਜਿਹੜੀ ਔਰਤ ਹੁੰਦੀ ਉਹ ਦੂਏ ਦੇ ਮਗਰ ਲੱਗੀ ਹੁੰਦੀ ਜਿੱਦਾਂ ਬ੍ਰਾਹਮਣ ਹੈਗਾ ਜਾਂ ਰਾਧਾ ਸਵਾਮੀ ਹੈਗਾ ਜਾਂ ਇਹ ਹੈਗੇ ਨੇ ਇਹ ਜਿਹੜੇ ਇਹ ਕੰਜਰ ਹੈਗੇ ਨੇ ਜਿਹੜੇ ਇਹਦੇ ਮਗਰ ਲੱਗੀਆਂ ਨਾ ਉਹ ਕਮਜਾਤਾਂ ਹੈਗੀਆਂ ਨੇ ਜੋ ਹਰ ਇੱਕ ਨੇ ਆਪਣੇ ਹਿਸਾਬ ਕਿਤਾਬ ਪਾਰਬ੍ਰਹਮ ਖੁਦ ਦੇਣਾ ਹੈਗਾ ਉਹਨਾਂ ਨੇ ਨਹੀਂ ਦੇਣਾ ਇਸ ਕਰਕੇ ਕੰਜਰ ਬਹੁਤ ਫਿਰਦੇ ਨੇ ਦੁਨੀਆਂ 'ਚ ਮਗਰ ਲਾ ਲੈਂਦੇ ਨੇ ਕਮਜਾਤਾਂ ਨੂੰ ਤੇ ਆ ਹੈਗਾ ਫਿਰ ਗੁਰਮੁਖ ਗੁਰਮੁਖ ਤੇ ਮੁਸਲਮਾਨ 'ਚ ਕੋਈ ਫਰਕ ਨਹੀਂ ਹੈਗਾ ਜਦੋਂ ਨੀਂਹ ਜਿਹੜੀ ਹਰਿਮੰਦਰ ਸਾਹਿਬ ਦੀ ਰੱਖੀ ਸੀਗੀ ਇੱਕ ਗੁਰਮੁਖ ਪੀਰ ਮੀਆਂ ਮੀਰ ਜੀ ਨੇ ਰੱਖੀ ਸੀਗੀ ਇਹ ਮੂਰਖ ਜਿਹੜਾ ਇੱਥੇ ਮੁਸਲਮਾਨ ਹੁੰਦਾ ਹੈ ਮੁਸਲਮਾਨ ਮਹਿਮਾਨ ਪੱਕਾ ਇਮਾਨ ਉਹਦੇ 'ਚ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਹਜਾ ਹੋਣੀ ਚਾਹੀਦੀ ਫਿਰ ਉਹਦੇ 'ਚ ਸ਼ਰਮ ਸੱਚ ਹਜਾ ਸ਼ਰਮ ਹੋ ਗਈ ਫਿਰ ਸੱਚ ਬੋਲੇ ਸੰਤੋਖੀ ਹੋਵੇ ਅਤੇ ਦਇਆਵਾਨ ਹੋਵੇ ਮੁਸਲਮਾਨ ਮੋਮਦਿਲ ਹੋਵੇ ਅਤੇ ਅੰਤਰਲੀ ਮਨ ਦੇਵਤੇ ਤੋਂ ਹੋਵੇ ਇਸ ਕਰਕੇ ਨਾਨਕ ਦੇਵ ਜੀ ਜਿਹੜੇ ਸੀਗੇ ਉਹਨਾਂ ਨੇ ਇਸਲਾਮ ਦਾ ਪ੍ਰਚਾਰ ਕੀਤਾ ਇਹ ਇਸਲਾਮ ਨੇ ਜਿਹੜਾ ਇਹ ਮੁੱਲਾ ਚਲਾਈ ਫਿਰਦੇ ਨੇ ਇਹ ਇਸਲਾਮ ਇੰਸ਼ ਮੁੱਲਾ ਦਾ ਹੈਗਾ ਉਹਨਾਂ ਨੇ ਇੰਸ਼ ਅੱਲਾ ਦਾ ਇਸਲਾਮ ਦਾ ਪ੍ਰਚਾਰ ਕੀਤਾ ਅਤੇ ਇਹਨਾਂ ਦਾ ਮੂੰਹ ਹੁੰਦਾ ਹੈਗਾ ਅੱਲਾ ਵੱਲ ਅਤੇ ਜਿਹੜਾ ਆਹ ਹੈਗੇ ਨੇ ਮਨਮੁੱਖ ਇਹਨਾਂ ਦਾ ਮੂੰਹ ਹੁੰਦਾ ਦੁਨੀਆਂ ਵੱਲ ਇਹਨਾਂ ਨੇ ਚਤਰ ਚਲਾ ਕੇ ਪੈਸਾ ਕਮਾਉਣਾ ਹੈਗਾ ਜਿਹੜੇ ਆ ਜਾਂਦੇ ਨਾ ਪਾਠੂ ਲੋਕਾਂ ਨੂੰ ਕਹਿ ਜਾਂਦੇ ਉਹ ਗੁਰਦੁਆਰੇ 'ਚ ਸਿੱਖ ਕੌਮ ਦਾ ਪ੍ਰਚਾਰ ਕਰ ਜਾਂਦੇ ਸਿੱਖ ਸਿੱਖ ਪੰਥ ਹੈਗਾ ਕੌਮ ਨਹੀਂ ਹੈਗੀ ਕੌਮ 'ਚ ਉਹੀ ਹੁੰਦਾ ਜਿਹੜਾ ਉਸ ਕੌਮ ਦਾ ਆਦਮੀ ਹੋਵੇ ਮੈਂ ਜੱਟ ਹੈਗਾ ਮੈਂ ਜੱਟ ਮੇਰੀ ਕੌਮ ਹੈਗੀ ਸਿੱਖ ਮੇਰਾ ਪੰਥ ਹੈਗਾ ਦੂਜਾ ਪੰਥ ਪਹਿਲਾ ਹਿੰਦੂ ਦੂਜਾ ਪੰਥ ਹੈਗਾ ਸਿੱਖ ਤੀਜਾ ਖਾਲਸਾ ਅਤੇ ਚੌਥਾ ਨਿਰਮਲੇ ਸੰਤਾਂ ਦਾ ਇਹ ਅਗਰ ਹੋਵੇ ਮਨ ਬੁੱਧੀ ਅਤੇ ਚਿੱਤ ਇਹ ਸਾਰਾ ਗਿਆਨ ਜਿਹੜਾ ਹੈਗਾ ਮੈਂ ਬਹੁਤ ਵੀਡੀਓ 'ਚ ਪਾਇਆ ਹੈਗਾ ਅਤੇ ਇੱਥੇ ਮੈਂ ਤੁਹਾਨੂੰ ਦੱਸਣ ਲੱਗਾ ਕਿ ਰਾਮ ਰਾਜੇ ਇੱਥੇ ਜਿਹੜਾ ਸੀਗਾ ਜੌਨ ਦੀ ਬਾਪਟਿਸਟ ਇਹ ਬ੍ਰਾਹਮਣ ਸੀਗਾ ਇਹਦੇ ਫੜੀ ਹੋਈ ਕਿਤਾਬ ਵੇਦ ਮੰਤਰ ਇਹਨੂੰ ਕਹਿੰਦੇ ਸਕ੍ਰਿਪਚਰ ਅਤੇ ਇਹ ਮੋਰਲ ਲਾਅ ਜਿਹੜਾ ਨਾ ਮੋਜ਼ਿਸ ਦੇ ਉਹ ਉਹ ਲੋਕਾਂ ਨੂੰ ਪੜ੍ਹਾਉਂਦਾ ਹੈਗਾ ਮੋਜ਼ਿਸ ਦੇ ਇੱਥੇ ਜਿਹੜੇ ਆਉਂਦੇ ਨੇ ਇਹਨਾਂ ਨੂੰ ਮੋਰਲੀ ਸਾਊਂਡ ਬਣਾਉਂਦਾ ਹੈਗਾ ਇਹ ਹੈਰੋਡ ਨੇ ਫਿਲਪ ਦੀ ਵਾਈਫ ਨਾਲ ਸ਼ਾਦੀ ਕਰ ਲਈ ਸੀ ਇਹਨੇ ਕਿਹਾ ਸੀ ਇਹ ਗਲਤ ਹੈਗਾ ਉਹ ਜਿਹੜੇ ਸੀਗੇ ਟੈਂਪਲ ਦੇ ਪ੍ਰੀਸ ਸੀਗੇ ਉਹਦੇ ਪਿੱਠੂ ਸੀਗੇ ਉਹ ਨਹੀਂ ਬੋਲੇ ਵੀ ਗਲਤ ਹੈਗਾ ਉਹ ਸਮਾਂ ਕਿ ਇਹਦੇ ਬਰਖਿਲਾਫ਼ ਸੀਗੇ ਅਤੇ ਜਦੋਂ ਕੋਈ ਕਿਸੇ ਨੂੰ ਛਡਾਉਣਾ ਹੋਵੇ ਜਾਂ ਕੋਈ ਕੰਮ ਕਰਾਉਣਾ ਹੋਵੇ ਉਦੋਂ ਟੈਂਪਲ ਪ੍ਰੀਸ ਜਾ ਕੇ ਉੱਥੇ ਪਾਇਲਟ ਨੂੰ ਕਹਿ ਦਿੰਦੇ ਜਾਂ ਉੱਥੇ ਜਿਹੜਾ ਬਾਦਸ਼ਾਹ ਹੁੰਦਾ ਸੀ ਵੀ ਆਹ ਕਰਨਾ ਕੰਮ ਉਹ ਕਰ ਦਿੰਦਾ ਸੀਗਾ ਜਿੱਦਾਂ ਹੈਗੇ ਨੇ ਐਮਰੀ ਹੈਗੇ ਨਾ ਆਪਣੇ ਪਾਕਿਸਤਾਨ 'ਚ ਜਦੋਂ ਅੰਗਰੇਜ਼ ਹੁੰਦੇ ਸੀ ਨਾ ਐਮਰੀਆਂ ਨੇ ਜੋ ਕਹਿਣਾ ਨਾ ਵੀ ਆਹ ਕਰਨਾ ਉਹ ਕਰ ਦਿੰਦੇ ਸੀਗੇ ਉਹਨਾਂ ਨੂੰ ਉਹ ਸ਼ਾਬਾਸ਼ ਦਿੰਦੇ ਸੀਗੇ ਵੀ ਇਹ ਇੱਕ ਫਿਰਕਾ ਹੈਗਾ ਇਹਨਾਂ ਇਹ ਆਪਸ ਵਿੱਚ ਲੜਨਗੇ ਤਾਂ ਸਾਡਾ ਰਾਜ ਕਾਇਮ ਰਹੇਗਾ ਅਤੇ ਬਹੁਤ ਚਤਰ ਚਲਾਕ ਹੈਗੇ ਨੇ ਲੋਕੀ ਅਤੇ ਇਸ ਕਰਕੇ ਤੁਸੀਂ ਸਿਆਣੇ ਬਣੋ ਅਤੇ ਜੱਟ ਜਿਹੜੇ ਹੈਗੇ ਅਸੀਂ ਪਾਕਿਸਤਾਨ 'ਚ ਵੀ ਜੱਟ ਸਾਡੇ ਹੀ ਹੈਗੇ ਨੇ ਇੰਡੀਆ 'ਚ ਵੀ ਅਸੀਂ ਸਾ ਜੱਟ ਹੈਗੇ ਹਾਂ ਦੋਨੋਂ ਪਾਸੇ ਇੱਕ ਹੈਗੀਆਂ ਇਹਨੇ ਜਿਹੜੇ ਦੁਨੀਆਂ 'ਚ ਸਾਰਿਆਂ ਨਾਲ ਬੇਵਕੂਫ ਕੌਮ ਹੈਗੀ ਬੁੱਧੂ ਬੁੱਧੂ ਕੌਮ ਹੈਗੀ ਉਹ ਜੱਟ ਹੈਗੀ
ਜਦੋਂ ਲੜਦੇ ਨੇ ਇੰਡੀਆ ਪਾਕਿਸਤਾਨ ਚ ਲੜਾਈ ਹੁੰਦੀ ਤੇ ਇੱਕ ਦੂਜੇ ਨੂੰ ਮਾਰਦੇ ਨੇ, ਉਹਨਾਂ ਨੂੰ ਕੋਈ ਅਕਲ ਨਹੀਂ ਹੈਗੀ। ਜਿਹੜੇ ਖੱਤਰੀ ਹੈਗੇ ਨੇ ਸ਼ੌਪਕੀਪਰ, ਉਹ ਤਮਾਸ਼ਾ ਦੇਖਦੇ ਨੇ। ਇਸ ਕਰਕੇ ਇੱਥੇ ਉਹਨੇ ਆਪਣੇ ਪਹਿਲੇ ਇਬਰਾਹਿਮ ਦੇ ਪੁੱਤਰ ਬਣਾਇਆ ਲੋਕਾਂ ਨੂੰ, ਜਿਹਨਾਂ ਨੂੰ ਆਪਣੇ ਕੱਚੇ ਪਿਓ ਦੀ ਸੂਰਤ ਸੀਗੀ ਨਾ, ਉਹ ਫਿਰ ਆ ਭੀੜੀ ਗਲੀ ਲੱਭਦੇ ਸੀਗੇ। ਇਹ ਭੀੜੀ ਗਲੀ ਚ ਇੱਕੋ ਹੀ ਆਦਮੀ ਜਾ ਸਕਦਾ ਹੈਗਾ ਸੋਲੀਟਰੀ। ਉਹ ਫਿਰ ਜਿਹੜੀ ਆਪਣੀ ਹੋਮੇ ਸੀਗੀ ਨਾ, ਉਹਨੂੰ ਹੋਮੇ ਦਾ ਬੀਜ ਬੀਜਣਾ ਹੈਗਾ। ਬੀਜ ਬੀਜ ਕੇ ਤੁਹਾਡਾ ਪੌਦਾ ਬਣੇਗਾ, ਕਣਕ ਦਾ ਬੀਜ ਬੀਜੋਗੇ ਤਾਂ ਕਣਕ ਦਾ ਪੌਦਾ ਬਣੂਗਾ। ਇਸ ਕਰਕੇ ਪਛਾਣ ਜਿਹੜੀ ਹੁੰਦੀ ਆਦਮੀ ਦੀ, ਉਹ ਬੀਜ ਚ ਆ ਜਾਂਦੀ, ਉਹ ਪੌਦੇ ਚ ਆ ਜਾਂਦੀ ਹੈਗੀ। ਇਹਨੂੰ ਕਹਿੰਦੇ ਇੱਥੇ ਬੀਜ ਹੁੰਦਾ ਐਕਸਪਲੀਸਿਟ, ਇੱਥੇ ਬੀਜ ਬਣ ਜਾਂਦਾ ਇੰਪਲੀਸਿਟ। ਤੇ ਇੱਥੇ ਜਦੋਂ ਵੜਦੇ ਨੇ ਅੰਦਰ, ਤੇ ਉਦੋਂ ਫਿਰ ਹੋਮੇ ਜਿਹੜੀ ਉਹਨੂੰ ਮਾਰ ਕੇ ਵੜਦੇ ਨੇ, ਪੌਦਾ ਬਣਦੇ ਨੇ। ਉਹਨਾਂ ਨੇ ਇੱਥੇ ਢੂੰਡਣਾ ਹੈਗਾ, ਨਾਮ ਢੂੰਡਣਾ ਹੈਗਾ। ਇਹ ਹੈਗਾ ਰਾਮ ਰਾਜੇ। ਰਾਮ ਰਾਜੇ ਚ ਫਿਰ ਉਹ ਕ੍ਰਾਈਸਟ ਜੀਸਸ ਤੇ ਸਤਿਗੁਰੂ ਨਾਨਕ ਹੈਗੇ ਨੇ, ਇਹਨਾਂ ਤੋਂ ਸਿਕਸ਼ਾ ਲੈਣੀ ਹੈਗੀ ਵੀ ਕੀ ਕਹਿੰਦੇ ਨੇ ਉਹ। ਇਹ ਰਾਮ ਰਾਜੇ ਦੇ ਫਿਰ ਉਹ ਬਾਰੇ ਦੱਸਦੇ ਸਾਰਾ ਕੁਛ। ਇਸ ਲਈ ਉਹਨੂੰ ਜੀਸਸ ਨੂੰ ਕਹਿੰਦੇ ਕਿੰਗ ਆਫ ਦੀ ਜੀਵਸ। ਉਹਨੂੰ ਭੜਕਾਉਣ ਲਈ ਨਾ ਪਾਇਲਟ ਨੂੰ ਕਹਿੰਦੇ ਇਹ ਵੀ ਰਾਮ ਰਾਜੇ ਦਾ ਕਿੰਗ ਹੈਗਾ, ਇਹ ਵੀ ਤੇਰੇ ਬਰਖਿਲਾਫ ਹੈਗਾ। ਉਹਨੇ ਫਿਰ ਦੱਸਿਆ ਪਾਇਲਟ ਨੂੰ ਵੀ ਉਹ ਮੈਂ ਕਿੰਗ ਨਹੀਂ ਹੈਗਾ, ਜਿਹੜਾ ਕਿ ਤੇਰੇ ਵਰਗਾ ਹੈਗਾ। ਮੇਰੀਆਂ ਫੌਜਾਂ ਨੇ ਆ ਕੇ ਤੇਰੇ ਨਾਲ ਲੜਨਾ ਸੀ ਜੇ ਮੈਨੂੰ ਫੜਿਆ ਸੀ ਤਾਂ। ਮੇਰੀ ਤਾਂ ਜਿਹੜੀ ਕਿੰਗਡਮ ਹੈ ਦਿਲ ਦੀ ਹੈਗੀ, ਇਹਦੀ ਦਿਲ ਦੀ ਹੁੰਦੀ ਹੈ। ਕ੍ਰਿਸਚੈਨਿਟੀ ਇਜ਼ ਆ ਹਾਰਟ, ਕ੍ਰਿਸਚੈਨਿਟੀ ਦਿਲ ਦੀ ਹੈਗੀ, ਜਿਸਮ ਦੀ ਨਹੀਂ ਹੈਗੀ। ਇਸੇ ਤਰ੍ਹਾਂ ਸਿੱਖ ਰੂਹ ਹੁੰਦੀ ਜਿਹਨੂੰ ਕੁਛ ਸਿੱਖਿਆ ਹੋਵੇ। ਸਿੱਖ ਨਾ ਪੈਦਾ ਹੁੰਦਾ ਤਾਂ ਨਾ ਮਰਦਾ ਹੈਗਾ। ਰਿਲੀਜੀਅਸ ਸੈਲਫ ਕੋਈ ਵੀ ਜੰਮਦਾ ਤੇ ਮਰਦਾ। ਜਿਸਮ ਜੰਮਿਆ, ਮੈਂ ਜੱਟ ਜੰਮਿਆ, ਜੱਟ ਹੀ ਮਰੇਗਾ ਨਾ, ਤੇ ਹੋਰ ਨੀ ਕੋਈ ਮਰਦਾ। ਜਿਹੜੇ ਕਿਸਾਨ ਹੈਗੇ ਉਹ ਫਿਰ ਫਾਇਦਾ ਉਠਾਉਂਦੇ ਇਹਨਾਂ ਚੀਜ਼ਾਂ ਦਾ। ਤੇ ਇੱਥੇ ਹੈਗਾ ਇੱਥੇ ਹੈਗਾ ਆਪਣੇ ਆਦਮ ਤੇ ਗੋਡ ਇੱਥੇ ਬੰਦ। ਇੱਥੇ ਜੇ ਤੁਸੀਂ ਆਦਮ ਨਾਲ ਤੋਲਕ ਬਣ ਲਓਗੇ ਨਾ, ਫਿਰ ਤੁਸੀਂ ਕਹਿੰਦੇ ਬੰਦੇ ਦੇ ਪੁੱਤਰ ਹੈਗੀ ਹੈ। ਬੰਦੇ ਦੇ ਪੁੱਤਰਾਂ 'ਚ ਪਹਿਲਾਂ ਆਉਂਦੀਆਂ ਨੇ ਨਸਲਾਂ, ਨਸਲਾਂ ਦੇ ਥੱਲੇ ਆਉਂਦੀਆਂ ਕੌਮਾਂ, ਕੌਮਾਂ ਦੇ ਥੱਲੇ ਗੋਤ, ਤੇ ਇੱਦਾਂ ਸਾਰਾ ਚੱਲੀ ਜਾਂਦਾ ਹੈਗਾ। ਜੇ ਤੁਸੀਂ ਆਪ ਬਣ ਗਿਆ ਨਾ ਸਿੱਖ ਇੱਥੇ ਲੈ ਲੈਣਾ, ਜਾਂ ਹਿੰਦੂ ਸਿੱਖ ਜਾਂ ਜੀਵ, ਫਿਰ ਤੁਹਾਡਾ ਜਿਹੜਾ ਤੁਰਲ ਕੇ ਇੱਥੇ ਟੁੱਟ ਜਾਂਦਾ ਹੈਗਾ। ਇਸ ਕਰਕੇ ਜਿਹੜੇ ਇਬਰਾਹਿਮ ਜਿਹੜਾ ਸੀਗਾ ਉਹ ਜੀਵ ਨਹੀਂ ਸੀਗਾ, ਉਹ ਸਮੈਟਿਕ ਰੇਸ ਦਾ ਸੀਗਾ। ਸਮੈਟਿਕ ਰੇਸ ਦਾ ਹੋਏਗਾ ਤਾਂ ਇੱਥੇ ਸੰਬੰਧ ਇਹਦਾ ਬਣ ਜਾਏਗਾ। ਜਦੋਂ ਜੀਵ ਬਣ ਜਾਂਦੇ ਨਾ ਆਪਣੇ ਉਹ ਚੋਜ਼ਨ ਪੀਪਲ, ਜੀਵ ਬਣ ਜਾਂਦੇ ਜਿਸਮ ਦੇ ਨਾ, ਉਹਨਾਂ ਨੂੰ ਕਹਿੰਦੇ ਸ਼ੰਕਰ ਵਰਨੀਆਂ। ਇਹ ਪਹਿਲੇ ਜਿਹੜੇ ਸ਼ੰਕਰ ਵਰਨੀਆਂ ਸੀ ਇਹ ਸੀਗੇ ਚੋਜ਼ਨ ਪੀਪਲ। ਜਦੋਂ ਇੱਥੇ ਜੀਵ ਬਣ ਗਿਆ ਨਾ, ਫਿਰ ਇਹਨਾਂ ਦਾ ਤੁਲਕ ਇਬਰਾਹਿਮ ਨਾਲ ਟੁੱਟ ਜਾਂਦਾ ਹੈਗਾ। ਅਨਫੇਥਫੁਲ ਇਬਰਾਹਿਮ, ਅਨਫੇਥਫੁਲ ਟੂ ਐਡਮ ਐਂਡ ਟੂ ਯਾਵੇ। ਐਡਮ ਜਿਹੜਾ ਯਾਵੇ ਨੇ ਬਣਾਇਆ ਨਾ, ਇਸੇ ਕਰਕੇ ਜੀਜੇ ਜਿਹੜਾ ਸੀ ਸੈਕਿੰਡ ਐਡਮ ਸੀਗਾ, ਉਹਦਾ ਨਾਂ ਸੀ ਯਸ਼ੁਆ। ਯਸ਼ੁਆ ਹੈਗਾ ਦੋ ਅਰਬ ਹੈਗੇ ਨੇ, ਯਹ ਫਰਮ ਯਾਵੇ ਤੇ ਸ਼ੁਆ ਔਰ ਸ਼ਿਵਾ ਮੀਨ ਪ੍ਰਾਈਮਰ ਐਡਮ, ਪਹਿਲਾ ਆਦਮ ਜਿਹੜਾ ਹੈਗਾ ਮਹਾਦੇਵ। ਤੇ ਇਹ ਹੈਗਾ ਆਪਣੇ ਤੇ ਆ ਹੈਗੀ ਜਿਹੜੀ ਸਪਿਰਚੁਅਲ ਸੈਲਫ। ਅੱਜ ਨੂੰ ਸਪਿਰਚੁਅਲ ਸੈਲਫ ਕਹਿੰਦੇ, ਇਹਨੂੰ ਸੈਕੂਲਰ ਸੈਲਫ, ਸੈਕੂਲਰ ਦੁਨਿਆਵੀ। ਜੱਟ ਪੈਦਾ ਹੋਇਆ, ਜੱਟ ਹੀ ਮਰੇਗਾ, ਹਿੰਦੂ ਸਿੱਖ ਨਹੀਂ ਮਰਦਾ। ਉਹ ਹੈਗਾ ਅੰਦਰ, ਉਹ ਵੇ ਆਫ ਲਾਈਫ ਹੈਗੇ ਨੇ, ਸਿਕਸ਼ਾ ਦਿੰਦੇ ਵੀ ਇੱਦਾਂ ਰਹਿਣਾ ਚਾਹੀਦਾ। ਤੇ ਆਹ ਹੈਗਾ ਜਿਹੜਾ ਇਸਲਾਮ ਹੈਗਾ ਬੁੱਢਾ ਦਾ ਤੇ ਅੱਲਾਹ ਦਾ, ਆਹ ਜਿਹੜਾ ਚਾਹੇ ਨਾ ਜੌਨ ਦੀ ਬਾਪਟਿਸਟ ਆਹ ਸੀਗਾ ਨਾ ਚੰਦ, ਇਹ ਹੈਗੇ ਨੇ ਜਿਹੜੇ ਬੁੱਢਾ ਹੈਗੇ ਜਾਂ ਉਹਦੇ ਚ ਰਬਾਈ ਹੋਏ ਜਾਂ ਬ੍ਰਾਹਮਣ ਹੋਏ, ਇਹ ਉਹ ਹੈਗੇ ਨੇ। ਇਹਨਾਂ ਨੂੰ ਗਿਆਨ ਆਹ ਹੋਣਾ ਚਾਹੀਦਾ ਹੈਗਾ ਪਾਰ ਬ੍ਰਹਮ ਦਾ, ਇਹਨੂੰ ਕਹਿੰਦੇ ਓਰਲ ਟੋਰਾ।
ਜੇ ਇਹਦਾ ਗਿਆਨ ਨਹੀਂ ਹੈਗਾ ਤੇ ਆਹ ਜਿਹੜੇ ਨਾ ਜਿਹੜਾ ਲਿਖਿਆ ਸਕ੍ਰਿਪਚਰ ਵਿੱਚ ਉਹ ਕੋਈ ਮਾਇਨੇ ਨਹੀਂ ਰੱਖਦਾ, ਉੱਥੇ ਬਦਲੀ ਜਾਂਦੇ ਜਾਂ ਜਿੱਦਾਂ ਵੀ ਹੋਇਆ ਬਕਵਾਸ ਕਰੀ ਜਾਣਗੇ। ਇਸ ਕਰਕੇ ਜਿਹੜਾ ਆਹ ਹੈਗਾ ਇੱਕ ਦਰਖਤ ਹੈਗਾ, ਇਹਦੀ ਜੜ ਜਿਹੜੀ ਹੈਗੀ ਆਹ ਹੈਗੀ, ਨਾਮ ਹੈਗਾ। ਤਦੇ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਵੇਦੋਂ ਮੇਂ ਨਾਮ ਉੱਤਮ, ਵੇਦਾਂ ਚ ਜਿਹੜਾ ਹੈਗਾ ਨਾਮ ਉੱਤਮ ਹੈਗਾ, ਪਰ ਬ੍ਰਹਮ ਜਿਹੜਾ ਉਹਦੀ ਪਛਾਣਦਾ ਨਹੀਂ ਹੈਗਾ। ਤੇ ਸਾਰੀਆਂ ਜਿਹੜੀਆਂ ਚੀਜ਼ਾਂ ਇੱਥੇ ਹੈਗੀਆਂ ਇਹ ਐਸ ਤੇ ਐਸ ਜੜ ਤੇ ਉੱਤੇ ਬਣੀਆਂ ਹੋਈਆਂ ਨੇ। ਇੱਥੇ ਸੰਤ ਹੁੰਦੇ ਨੇ ਸੰਤ, ਤੇ ਇੱਥੇ ਹੁੰਦੇ ਦੇਵਤਾ, ਦੇਵਤਾ ਦੇਵੀ। ਇਹ ਜਿਸਮ ਹੈਗਾ ਨਾ ਇਹਦੇ ਚ ਦੇਵੀ ਵੀ ਹੁੰਦੀ ਹੈ, ਤੇ ਇੰਜ ਇਹਨਾਂ ਨੂੰ ਕਹਿੰਦੇ ਏਂਜਲ। ਤੇ ਜੌਨ ਦੀ ਬਾਪਟਿਸਟ ਜਿਹੜਾ ਸੀ ਏਂਜਲ ਫਰਿਸ਼ਤਾ, ਇਜ਼ਰਾਈਲੀ ਫਰਿਸ਼ਤਾ ਸੀਗਾ ਉਹ। ਤੇ ਇੱਥੇ ਹੈਗਾ ਆਪਣੇ ਸੰਤ, ਵਿਆਹ ਦੀ ਔਰਤ ਹੋਵੇ ਵਿਆਹ ਦੀ ਆਦਮੀ ਹੋਵੇ ਉਹ ਸੰਤ, ਸੰਤ ਹੀ ਹੁੰਦਾ ਹੈਗਾ। ਤੇ ਇੱਥੇ ਜਿਹੜਾ ਪਿਓਰਲੀ ਸਪਿਰਚੁਅਲ ਹੈਗਾ ਆਹ ਜਿਹੜਾ ਨਾ ਆਪਣੇ ਦੱਸਿਆ ਨਾ ਤੁਹਾਨੂੰ, ਇੱਥੇ ਦਾ ਆਦਮੀ ਜਿਸਮ ਦਾ ਹੁੰਦਾ ਨਾ, ਕੋਈ ਜੱਟ ਹੋਇਆ, ਕੋਈ ਚੂੜਾ, ਕੋਈ ਚਮਾਰ ਹੋਇਆ। ਤੇ ਇੱਥੇ ਹੈਗਾ ਜਦੋਂ ਵੜਨਾ ਅੰਦਰ, ਏਕ ਪਿਤਾ ਹਮ ਬਾਰੇ ਪੁੱਛ ਕੇ, ਏਕ ਪਿਤਾ ਉਹ ਹੈਗਾ ਅੱਲਾ, ਅਵਲ ਅੱਲਾ ਨੂਰ ਪਾਇਆ, ਜਿਹੜਾ ਜੇ ਨੂਰ ਹੈਗਾ ਅੱਲਾ ਦੇ ਪੁੱਤਰ ਰੂਹ ਹੈਗੀ ਇੱਥੇ, ਰੂਹ ਤੁਹਾਡੇ ਇੱਥੇ ਰੂਹ ਕਾਊਂਟ ਕਰਦੀ ਹੈਗੀ। ਜਿਹੜੇ ਸਾਧੂ ਹੁੰਦੇ ਨੇ ਉਹਨਾਂ ਨੂੰ ਜਾਤ ਪੁੱਛੋ ਨਾ ਕੀ ਜਾਤ ਹੈਗੀ, ਉਹ ਕਹਿੰਦੇ ਸਾਧੂ ਵੀ ਬਣੇ ਤੇ ਜਾਤ ਵੀ ਮਗਰ ਰਹਿ ਗਈ, ਇੱਥੇ ਉਹ ਜਾਤ ਵੀ ਉਤਰੀ ਹੁੰਦੀ ਹੈ ਪਿਓਰਲੀ ਸਪਿਰਚੁਅਲ। ਇਸ ਕਰਕੇ ਇੱਥੇ ਅਗੈਪੇ ਲਾਓ, ਅਗੈਪੇ ਹੈਗਾ ਵੀ ਅਨਕੰਡੀਸ਼ਨਲ ਡਿਵਾਈਨ ਲਵ, ਡਿਵਾਈਨ ਲਵ ਹੈਗੀ ਇਹ ਜਿਹੜੀ ਅਗੈਪੇ ਹੈਗੀ, ਇਹ ਇਹਦੇ ਨਾਲ ਵੱਡੀ ਹੈਗੀ। ਇੱਥੇ ਐਰੋਜ਼ ਹੈਗਾ ਜਿਸਮ, ਜਿਸਮਾਨੀ, ਜਿੱਦਾਂ ਜੱਟ ਜੱਟਾਂ ਨਾਲ ਪਿਆਰ ਕਰਦੇ ਨੇ, ਆਪਣੇ ਬੱਚਿਆਂ ਨਾਲ ਪਿਆਰ ਕਰਦੇ ਨੇ, ਇੱਥੇ ਹਰ ਇੱਕ ਨਾਲ ਪਿਆਰ ਕਰਨਾ ਹੈਗਾ। ਇੱਥੇ ਹੈਗਾ ਫਿਲੀਆ ਲਵ, ਫਿਲੋਸਫੀਕਲ। ਇੱਥੇ ਹੈਗਾ ਸਟੋਰ ਵੀ ਜਦੋਂ ਭਗਤ ਬਣ ਜਾਂਦਾ ਹੈ। ਇਹ ਹੈਗਾ ਜਿਹੜਾ ਰਾਮ ਰਾਜ, ਇੱਥੇ ਸਿਰਫ ਤੁਹਾਡੀ ਰੂਹ ਕਾਊਂਟ ਕਰਦੀ ਹੈ। ਇੱਥੇ ਆਦਮੀ ਹੋਵੇ, ਔਰਤ ਹੋਵੇ, ਉਹਦੀ ਰੂਹ ਜਿਹੜੀ ਉਹ ਅੱਲਾ ਦੀ ਪੁੱਤਰ ਹੈਗੀ, ਪਾਰਬ੍ਰਹਮ ਦੀ ਪੁੱਤਰ ਹੈਗੀ। ਪੁੱਤਰ ਜਿਹੜਾ ਨਿਸ਼ਾਨ ਹੈਗਾ, ਉਹਦਾ ਨਿਸ਼ਾਨ ਹੈਗਾ, ਉਹਦਾ ਤੁਸੀਂ ਪ੍ਰਚਾਰ ਕਰਦੇ ਹੋ ਜਦੋਂ, ਉਹਦਾ ਨਿਸ਼ਾਨ ਹੈਗਾ, ਫਿਰ ਨਾਮ ਉਹਦਾ ਨਿਸ਼ਾਨ ਹੈਗਾ। ਆਪਣੇ ਮੀਰਾ ਬਾਈ ਉਹ ਸੰਤ ਸੀਗੀ, ਸੇਠ, ਤੇ ਉਹਦੇ ਬਾਣੀ ਬਾਣੀ ਚ ਉਹਨਾਂ ਨੇ ਕੱਢ ਦਿੱਤੇ ਨੇ ਸਲੋਕ, ਤੇ ਹੋਰ ਇੱਦਾਂ ਕਈ ਮੇਰਾ ਪੀੜੀਆਂ ਕੀਤੀਆਂ ਨੇ, ਬਹੁਤ ਇਲਮ ਹੈਗਾ ਹੋਰ। ਤੇ ਇਸ ਕਰਕੇ ਮੇਰੀ ਇਹ ਅਰਜ਼ ਹੈਗੀ ਕਿ ਉੱਥੇ ਹੈਗਾ ਆਪਣੇ ਜੱਟ, ਬਾਜਵਾ ਜੱਟ, ਚੌਧਰੀ ਅਹਿਸਾਨ ਬਾਜਵਾ, ਉਹ ਕਾਫੀ ਪੜ੍ਹਿਆ ਲਿਖਿਆ ਹੈਗਾ ਤੇ ਉਹਨੇ ਕਾਫੀ ਕਿਤਾਬਾਂ ਲਿਖੀਆਂ ਨੇ। ਪਿੱਛੇ ਉਹਦਾ ਵੀਡੀਓ ਇੱਕ ਦੇਖਿਆ ਜੀ, ਉਹਨੇ ਬੜਾ ਚੰਗੀ ਤਾਂ ਦੱਸਿਆ, ਜਿਹੜਾ ਰਾਜਪੂਤ ਸੀ ਕੋਈ ਕੌਮ ਨਹੀਂ ਹੈਗੀ, ਰਾਜਪੂਤ ਜਿਹੜਾ ਹੈਗਾ, ਸੋਰੀ, ਇਹ ਕਲਯੁਗ ਜਿਹੜਾ ਹੈਗਾ ਬ੍ਰਾਹਮਣ ਜਿਹੜੇ ਲਾਲਚੀ ਹੋ ਜਾਂਦੇ, ਜਿਹੜੇ ਅਮੀਰ ਜੱਟ ਸੀਗੇ ਨਾ ਉਹਨਾਂ ਨੂੰ ਦੱਖਣਾ ਲੈਣ ਲਈ ਉਹਨਾਂ ਤੋਂ ਚੰਗਾ ਤਰ੍ਹਾਂ ਮਰੋੜ ਜਾਂਦਾ ਨਾ ਉਹਨਾਂ ਨੇ, ਉਹਨਾਂ ਦੀ ਚਿਤੜਾ 'ਚ ਉਹਨਾਂ ਨੇ ਖੰਭ ਦੇ ਦਿੱਤਾ ਕਿ ਤੁਸੀਂ ਤਾਂ ਹੈਗੇ ਆ ਰਾਜਿਆਂ ਦੇ ਪੁੱਤ, ਉਹ ਜਿਹੜੇ ਹੈਗੇ ਨਾ ਗਰੀਬ ਜੱਟ ਉਹ ਜੱਟ ਹੈਗੇ, ਤੁਸੀਂ ਤਾਂ ਨਹੀਂ ਜੱਟ, ਤੁਸੀਂ ਤਾਂ ਰਾਜਿਆਂ ਦੇ ਪੁੱਤ ਹੈਗੇ, ਉਹਨਾਂ ਨੂੰ ਰਾਜਪੂਤ ਕਹਿਣ ਲੱਗ ਗਿਆ। ਉਹਨਾਂ ਨੇ ਬੜਾ ਖੁਸ਼ ਹੋ ਗਿਆ ਵੀ ਬ੍ਰਾਹਮਣ ਸਾਨੂੰ ਰਾਜਪੂਤ ਬਣਾਈ ਬੈਠਾ ਹੈਗਾ। ਫਿਰ ਜੱਟਾਂ ਨੇ ਉਹਨਾਂ ਦੀ ਮਦਦ ਨਾ ਕੀਤੀ ਕਿ ਤੁਸੀਂ ਰਾਜਪੂਤ ਜਾਓ ਫਿਰ ਲੜੋ, ਤੇ ਫਿਰ ਉਹ ਸ਼ਿਕਸ਼ਤਾਂ ਹੋਈਆਂ ਤੇ ਉਹਨਾਂ ਨੇ ਫਿਰ ਏਦਾਂ ਜਿਹੜੇ ਸੀ ਯਾਦਵ ਜਿਹੜੇ ਸੀਗੇ ਨਾ ਉਹ ਟੁੱਟ ਗਏ, ਤੁਸੀਂ ਯਾਦਵ ਵੰਸ਼ ਹੈਗੇ ਨਾ। ਤੇ ਇਹ ਰਾਜਪੂਤ ਕੋਈ ਕੌਮ ਨਹੀਂ ਗੀ, ਅੱਜ ਉਹ ਲੋਕੀ ਜਿਹੜੇ ਕੋਈ ਸੁਨਿਆਰ ਹੈਗਾ, ਕੋਈ ਚੂੜਾ, ਕੋਈ ਚਮਾਰ, ਉਹ ਵੀ ਰਾਜਪੂਤ ਲਾਉਣ ਲੱਗ ਪਏ। ਇਸ ਤਰ੍ਹਾਂ ਹੀ ਫਾਦਰ ਹੋਣੀ ਦੱਸਦੇ ਸੀ ਚੰਗ ਚ ਇਹ ਜਿਹੜੇ ਖੱਤਰੀ ਸੀ ਨਾ ਕਰਾੜ ਜਿਹੜੇ ਹੁੰਦੇ ਸੀ ਨਾ ਉੱਥੇ ਦੇ ਮਸੱਲੀ, ਯਾਨੀ ਕਿ ਚੂੜੇ ਚਮਾਰ ਜਾਂ ਇੱਦਾਂ ਦੇ, ਉਹਨਾਂ ਨੂੰ ਜੱਟ ਕਹਿਣ ਲੱਗ ਪਏ। ਉਹ ਜੱਟਾਂ ਨੇ ਕਿਹਾ ਕਿ
ਉਹਨਾਂ ਨੂੰ ਜੱਟ ਕਹਿਣ ਲੱਗ ਪਏ ਉਹ, ਤੇ ਉਹਨਾਂ ਨੇ ਆਪਣੇ ਆਪ ਨੂੰ ਫਿਰ ਰਾਜਪੂਤ ਕਰਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਜਦੋਂ ਇਹ ਪਾਕਿਸਤਾਨ ਬਣਿਆ ਉਹ ਫਿਰ ਉਧਰੋਂ ਆ ਗਿਆ, ਹੁਣ ਉੱਥੇ ਉਹ ਰਾਜਪੂਤ ਕਲਾਉਂਦੇ ਨੇ ਤੇ ਉਹ ਆਪਣੇ ਉਹਨਾਂ ਨੂੰ ਜੱਟ ਬਣਾ ਦਿੱਤਾ ਚੂਹੀਆਂ ਨੂੰ। ਕਈ ਗੱਲਾਂ ਨੇ ਇੱਦਾਂ ਦੀਆਂ ਸਾਰੀਆਂ ਸੋਚਣ ਵਾਲੀਆਂ ਨੇ। ਜਿਹੜਾ ਆਦਮੀ ਹੁੰਦਾ ਗਿਆਨੀ ਹੁੰਦਾ, ਗਿਆਨ ਜਿਹੜਾ ਗਿਆਨੀਆਂ ਦੀ ਹੈਗਾ, ਗਿਆਨੀ ਉਹ ਜੋ ਆਪ ਵਿਚਾਰੇ, ਉਹ ਜਿਹੜਾ ਕਿ ਖੁਦ ਇੰਟਿਊਸ਼ਨ ਕਰਦਾ ਹੈਗਾ ਕਿ ਚੀਜ਼ ਬਹੁਤ ਸੌਖੀ ਹੈਗੀ, ਔਖਾ ਹੈ ਨਹੀਂ ਕੁਛ ਵੀ। ਇਹ ਸਾਰੇ ਇੱਥੇ ਲਿਖਿਆ ਹੋਇਆ, ਕਿਤਾਬਾਂ 'ਚ ਨਹੀਂ ਲਿਖੀ ਚੀਜ਼ ਦੇ। ਕਿਤਾਬਾਂ ਨੇ ਜਿਹੜੇ ਪੜ੍ਹੇ ਹੋਏ ਨੇ ਇਹਨਾਂ ਨੂੰ ਪੁੱਛੋ ਵੀ ਇਨਸ਼ ਅੱਲਾ ਅਤੇ ਇਨਸ਼ ਮੁੱਲਾ 'ਚ ਕੀ ਫਰਕ ਹੈਗਾ। ਸ਼ਾਹ ਸ਼ਮਸ ਤਬਰੇਜ਼ ਜੀ ਨੇ ਇਨਸ਼ ਅੱਲਾ ਦਾ ਇਸਲਾਮ ਕੀਤਾ ਸੀਗਾ। ਅੱਲਾ ਜਿਹੜਾ ਸ਼ਰੀਆ ਫਰੀ ਹੈਗਾ, ਇਹ ਜਿਹੜੇ ਮੁੱਲਾ ਸੀਗੇ ਉਹਨਾਂ ਨੂੰ ਸ਼ਰੀਆ ਬੁਲਾਉਂਦੇ ਸੀਗੇ, ਕਿਉਂ ਇਹਨਾਂ ਦਾ ਇਸਲਾਮ ਜਿਹੜਾ ਇਨਸ਼ ਮੁੱਲਾ ਦਾ ਹੈਗਾ। ਮੁੱਲਾ ਜਿਹੜਾ ਹੈਗਾ ਚੰਦ ਹੈਗਾ, ਉਹ ਸੂਰਜ ਸੀਗੇ, ਸ਼ਮਸ਼। ਅਤੇ ਇਸ ਕਰਕੇ ਉਹਨੂੰ ਜਿਹੜਾ ਹੁੰਦਾ, ਜਿਹੜਾ ਪਹੁੰਚਿਆ ਹੋਵੇ ਆਦਮੀ, ਭਗਤ ਹੋਵੇ, ਉਹ ਜੋ ਵੀ ਕਹਿੰਦਾ ਉਹ ਜਿਹੜੀ ਕੁਦਰਤ ਉਹਦੇ ਥੱਲੇ ਹੁੰਦੀ, ਕਿਉਂ ਕੁਦਰਤ ਨੇਚਰ ਹੈਗੀ, ਉਹ ਹੈਗਾ ਸੁਪਰ ਨੈਚੁਰਲ। ਉਹ ਸੁਪਰ ਨੈਚੁਰਲ ਦਾ ਪਾਵਰ ਉਹਦੇ ਕੋਲ ਹੁੰਦੀ ਵੀ ਮੁਰਦੇ ਨੂੰ ਜਾਨ ਪਾ ਦਿੰਦਾ ਹੈਗਾ। ਅਤੇ ਉਹਨਾਂ ਨੇ ਵੀ ਸ਼ਾਹ ਸ਼ਮਸ ਤਬਰੇਜ਼ ਨੇ ਵੀ ਪਾਇਆ ਸੀ ਨਾ, ਇਰਾਕ ਦੇ ਬਾਦਸ਼ਾਹ ਦੇ ਪੁੱਤਰ ਦਾ, ਉਹਨੇ ਜਾਨ ਪਾਈ ਸੀਗੀ, ਉਹਦਾ ਹੰਕਾਰ ਤੋੜਿਆ ਸੀਗਾ। ਪਰ ਇਹ ਜਿਹੜੇ ਮੁੱਲਾ ਸੀ ਉਹਨਾਂ ਦੇ ਬਰਖਲਾਫ ਸੀਗੇ, ਅਤੇ ਉਹਨਾਂ ਨੇ ਉਹਦਾ ਸਿਰ ਕਲਮ ਕੀਤਾ ਅਤੇ ਸਭ ਕੁਛ ਕੀਤਾ। ਅਤੇ ਮੈਂ ਜਿਹੜਾ ਹੈਗਾ ਉਹਦਾ ਛੋਟਾ ਭਰਾ ਹੈਗਾ। ਛੋਟੇ ਦਾ ਮਤਲਬ ਹੈਗਾ ਵੀ ਮੈਨੂੰ ਓਨਾ ਇਲਮ ਨਹੀਂ ਹੈਗਾ ਜਿੰਨਾ ਸ਼ਾਹ ਸ਼ਮਸ ਤਬਰੇਜ਼ੀ ਜੀ ਨੂੰ ਸੀਗਾ। ਪਰ ਉਸ ਤਰ੍ਹਾਂ ਤੁਸੀਂ ਜੇ ਬਣੋਗੇ, ਉਹਦੇ ਭਰਾ ਬਣੋਗੇ ਉਹਦੇ, ਤਦ ਤੁਸੀਂ ਇਸਲਾਮ ਦਾ ਪ੍ਰਚਾਰ ਕਰ ਸਕਦੇ ਹੈ। ਨਹੀਂ ਤਾਂ ਤੁਸੀਂ ਪੜ੍ਹੀ ਜਾਓ ਅਤੇ ਕਿਤਾਬਾਂ ਦੇ, ਕਿਤਾਬਾਂ 'ਚ ਨਹੀਂ ਲਿਖਿਆ ਇਹ ਸਾਰੀ ਦਿਲ 'ਤੇ ਹੈਗਾ। ਇਸ ਕਰਕੇ ਸ਼ਾਹ ਸ਼ਮਸ ਤਬਰੇਜ਼ੀ ਜੀ ਜਦੋਂ ਕਿਸੇ ਨੂੰ ਇਲਮ ਦਿੰਦੇ ਸੀਗੇ, ਉਹ ਆਪਣਾ ਝੱਗਾ ਪਾੜ ਦਿੰਦੇ ਸੀਗੇ, ਦਿਲ ਨਾਲ ਦਿਲ ਮਿਲਾਉਂਦੇ ਸੀਗੇ। ਇਹ ਹੈਗਾ ਜਿਹੜਾ ਇਲਮ ਹੈਗਾ, ਇਹ ਬੋਲ ਕੇ ਇੱਕ ਦੂਜੇ ਨੂੰ ਦੱਸੇ ਸਮਝਾਇਆ ਜਾਂਦਾ ਹੈਗਾ। ਕੋਈ ਉਹਦੇ 'ਚ ਸ਼ੱਕ ਹੋਵੇ ਤਾਂ ਉਹਨੂੰ ਦੂਰ ਕਰ ਲਈਦਾ। ਇੱਕ ਰੂਮੀ ਨੂੰ ਜਦੋਂ ਉਹਨਾਂ ਨੇ ਸਮਝਾਇਆ ਨਾ, ਰੂਮੀ ਸੀ ਜਿਹੜਾ ਸੀਗਾ ਕਿਤਾਬੀ ਕੀੜਾ ਸੀਗਾ। ਕਿਤਾਬਾਂ ਉਹਨੇ ਆਪਣੇ ਪਿਓ ਦਾਦੇ ਦੀਆਂ ਸਾਰੀਆਂ ਇਕੱਠੀਆਂ ਕੀਤੀਆਂ ਹੋਈਆਂ ਸੀਗੀਆਂ। ਉੱਥੋਂ ਉਹ ਪੜ੍ਹਾਉਂਦਾ ਸੀਗਾ ਮਦਰੱਸੇ 'ਚ ਉਹਨਾਂ ਨੂੰ, ਆਪਣੇ ਸਟੂਡੈਂਟ ਨੂੰ। ਉਹ ਰੂਮ ਉਹ ਆਪਣੇ ਜਿਹੜਾ ਅੱਲਾ ਦਾ ਆਦਮੀ ਹੋਵੇ ਨਾ, ਉਹਨੂੰ ਸਾਰਾ ਪਤਾ ਹੁੰਦਾ ਇਹਦੇ ਦੇਵਤਾ ਵੀ ਕਿੱਦਾਂ ਦਾ ਆਦਮੀ ਹੈਗਾ, ਸਭ ਕੁਛ। ਅਤੇ ਸ਼ਾਹ ਸ਼ਮਸ ਤਬਰੇਜ਼ ਜੀ ਨੇ ਕਿਹਾ ਇਹ ਜਿਹੜਾ ਆਦਮੀ ਇਹ ਮੇਰੀਆਂ ਗੱਲਾਂ ਜਿਹੜੀਆਂ ਇਹ ਜ਼ਾਹਰ ਕਰੂਗਾ। ਪੋਇਟਰੀ ਕਿਉਂ ਪੜ੍ਹਿਆ ਨਹੀਂ ਗਿਆ ਨੇ, ਮਦਰੱਸੇ ਦਾ ਟੀਚਰ ਸੀ ਨਾ, ਉਹ ਟੀਚਰ ਜਿਹੜੇ ਜ਼ਿਆਦਾ ਉਹ ਫਿਰ ਹੁਸ਼ਿਆਰ ਹੁੰਦੇ ਨਾ, ਪੋਇਮ ਵਗੈਰਾ ਲਿਖ ਸਕਦੇ ਇੱਦਾਂ ਦੀਆਂ। ਅਤੇ ਇਸ ਕਰਕੇ ਉਹਨੇ ਫਿਰ ਸ਼ਾਹ ਸ਼ਮਸ ਤਬਰੇਜ਼ ਜੀ ਨੇ ਉਹਦੇ ਮਦਰੱਸੇ 'ਚ ਗਏ, ਉਹਦੀਆਂ ਕਿਤਾਬਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਉੱਥੇ ਪਾਣੀ 'ਚ ਸਿੱਟ ਦਿੱਤਾ। ਪਾਣੀ 'ਚ ਸਿੱਟ ਦਿੱਤਾ ਵੀ ਇਹਦੇ 'ਚ ਕੀ ਹੈਗਾ ਤੂੰ ਲੈਂਦਾ, ਇਹ ਤਾਂ ਜਿਹੜਾ ਇਲਮ ਅੱਲਾ ਤੋਂ ਮਿਲਦਾ ਹੈਗਾ, ਇਹਨਾਂ ਕਿਤਾਬਾਂ 'ਚ ਨਹੀਂ ਮਿਲਦਾ। ਸਿੱਟ ਦਿੱਤਾ ਉਹਨਾਂ ਨੂੰ। ਉਹ ਬੜਾ ਹੈਰਾਨ ਹੋਇਆ ਵੀ ਬਈ ਇਹ ਕਿਤਾਬਾਂ ਸਿੱਟ ਦਿੱਤੀਆਂ, ਮੇਰੇ ਪਿਓ ਦਾਦੇ ਦੀਆਂ ਲਿਖੀਆਂ, ਬੜਾ ਪਿੱਟਿਆ। ਅਤੇ ਉਹ ਜਿਹੜੇ ਸਟੂਡੈਂਟ ਸੀ ਉਹ ਵੀ ਹੈਰਾਨ ਵੀ ਹੁਣ ਸਾਨੂੰ ਪੜ੍ਹਾਏਗਾ ਕਿੱਥੋਂ। ਫਿਰ ਉਹਨੇ ਕੀਤਾ, ਜਦੋਂ ਜ਼ਿਆਦਾ ਪਿੱਟਿਆ ਤਾਂ ਉਹਨੇ ਜਾ ਕੇ ਤਲਾਸ਼ 'ਚ ਉਹਨਾਂ ਉਹ ਕਿਤਾਬਾਂ ਕੱਢ ਕੇ ਉਹਨਾਂ 'ਤੇ ਮਿੱਟੀ ਸੀਗੀ ਕੱਟਾ ਉੱਤੇ, ਉਹਨੇ ਕੱਟੇ ਨੂੰ ਛਾਣ ਕੇ ਪਰੇ ਕਰਕੇ, ਕੱਟਾ ਕੀ ਸੀਗਾ, ਉਹ ਸਾਰਾ ਜਿਹੜਾ ਕਿਤਾਬਾਂ ਜਿਹੜੀਆਂ ਹੁੰਦੀਆਂ ਇੱਕ ਦੂਜੇ ਤੋਂ ਪੁਸ਼ਤ ਦਰ ਪੁਸ਼ਤ ਚੱਲਦੀਆਂ ਨਾ, ਜਦੋਂ ਪੁਸ਼ਤ ਦਰ ਪੁਸ਼ਤ ਚੱਲਦੀਆਂ ਵਿੱਚ ਉਹਨਾਂ 'ਚ ਮਿਲਾਵਟ ਹੁੰਦੀ ਰਹੇਗੀ। ਉਹ ਜਿਹੜੀ ਲਿਖਿਆ ਜਿਹੜੀ ਜਾਂਦੀ ਹੈਗੀ ਉਹਦੇ 'ਚ ਮਿਲਾਵਟ ਹੁੰਦੀ, ਜਿਹੜੀ ਧੁਰ ਤੋਂ ਮਿਲਦੀ ਹੈ ਨਾ ਚੀਜ਼, ਉਹਦੇ 'ਚ ਮਿਲਾਵਟ ਨਹੀਂ ਹੁੰਦੀ। ਉਹਨੂੰ ਕਹਿੰਦੇ ਅਨਟੱਚਡ ਕਲੋਥ, ਉਹਨੂੰ ਉਹ ਕਲੋਥ ਹੈਗਾ ਅਨਟੱਚਡ, ਕਿਸੇ ਨੇ ਹੋਰ ਨਹੀਂ ਹੱਥ ਲਾਇਆ, ਤੁਹਾਨੂੰ ਸਿੱਧਾ ਮਿਲਦੀ ਹੈਗੀ। ਇਸ ਕਰਕੇ ਇਹਨੂੰ ਧੁਰਕੀ ਬਾਣੀ ਕਹਿੰਦੇ ਨੇ। ਇਸ ਕਰਕੇ ਸਤਿਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਪ੍ਰਿਥੀ ਚੰਦ ਦੇ ਲੋਕ ਜਿਹੜੇ ਸੀ ਛੋਟੀ ਖੱਤਰੀ, ਅਤੇ ਇਹ ਬਾਣੀ 'ਚ ਉਲਟ ਪੁਲਟ ਲਿਖਣ ਲੱਗ ਪਏ ਸੀਗੇ,
ਤੇ ਫਿਰ ਸਤਿਗੁਰੂ ਅਰਜਨ ਦੇਵ ਜੀ ਨੇ ਬਾਣੀ ਭਗਤਾਂ ਤੋਂ ਖੁਦ ਲਿਖਵਾਈ ਸੀਗੀ। ਇੱਕ ਟੈਂਟੇ 'ਚ ਆਪ ਬਹਿੰਦੇ ਸੀਗੇ, ਦੂਏ ਟੈਂਟੇ 'ਚ ਉਹ ਪੋਥੀ ਭਾਈ ਗੁਰਦਾਸ ਜੀ ਬਹਿੰਦੇ ਸੀਗੇ, ਤੇ ਉਹ ਜੋ ਬੋਲਦੇ ਸੀਗੇ ਉਹ ਫਿਰ ਲਿਖਦਾ ਸੀਗਾ। ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਤੁਹਾਡੇ ਟੈਂਟੇ 'ਚ ਜੀ ਹੋਰਾਂ ਲੋਕਾਂ ਦੀ ਵੀ ਆਵਾਜ਼ ਆਉਂਦੀ ਸੀਗੀ। ਉਹ ਕਹਿੰਦੇ ਵੀ ਭਾਈ ਹਰ ਇੱਕ ਭਗਤ ਆ ਕੇ ਤੈਨੂੰ ਖੁਦ ਆਪਣੀ ਬਾਣੀ ਲਿਖਵਾਉਂਦਾ ਹੈਗਾ, ਇਹ ਨਾ ਲੋਕੀ ਕਹਿਣ ਵੀ ਅਰਜਨ ਨੇ ਲਿਖਵਾਈ ਹੈਗੀ। ਜਿਹੜੇ ਹੁੰਦੇ ਨੇ ਪਾਰਬ੍ਰਹਮ ਹੁੰਦੇ ਨੇ ਉਹਨਾਂ ਦੇ ਸਾਰੇ ਉਹ ਦੋਸਤ ਹੁੰਦੇ ਨੇ, ਭਰਮ ਦੇ ਪਰਮ ਦੇ ਪੁੱਤਰ ਜਿਹੜੇ ਹੁੰਦੇ ਉਹ ਸਾਰੇ ਦੋਸਤ ਹੁੰਦੇ ਨੇ। ਤੇ ਇਸ ਤਰ੍ਹਾਂ ਉਹ ਬੀਟ ਲਿਖੀ ਗਈ ਸੀਗੀ, ਤੇ ਫਿਰ ਉਹ ਖੱਤਰੀਆਂ ਨੇ ਉਹਦੇ 'ਚ 200 ਸਫ਼ੇ ਸਾਫ ਕੀਤੇ ਹੋਏ ਹੁਣ ਹੈਗੀ। ਭਾਈ ਜੋਤ ਸਿੰਘ ਤੇ ਟਰੰਪ ਤੇ ਹੋਰ ਜਿਹੜੇ ਸੀਗੇ ਉਹਦੀ ਕਿਤਾਬ ਲਿਖੀ ਪ੍ਰੋਫੈਸਰ ਜੋਤ ਸਿੰਘ, ਖੱਤਰੀ ਸੀ ਅਰੋੜਾ ਸੀ, ਕਰਤਾਰਪੁਰੀ ਬੀਟ ਦੇ ਦਰਸ਼ਨ। ਸਾਰੇ ਅਰੋੜੇ ਨੇ ਖਰਾਬ ਹੁੰਦੇ, ਸਾਰੇ ਖੱਤਰੀ ਨਹੀਂ ਖਰਾਬ ਹੁੰਦੇ, ਚੰਗੇ ਵੀ ਹੈਗੇ ਨੇ, ਪਰ ਬਹੁਤ ਘੱਟ ਮਿਲਣਗੇ ਤੁਹਾਨੂੰ, 1% ਤੋਂ ਘੱਟ ਮਿਲਣਗੇ। ਜੱਟ ਚੜੇ ਗਏ ਉਹ ਜ਼ਿਆਦਾ ਹੈਗੇ ਨੇ, ਪਰ ਉਹ ਬੁੱਧੂ ਹੈਗੇ ਨੇ, ਉਹ ਇਹਨਾਂ ਦੇ ਅੜਿੱਕੇ ਚੜ ਜਾਂਦੇ ਨੇ, ਜੋ ਕਹਿੰਦੇ ਉਹ ਕਰਦੇ ਨੇ। ਤੇ ਇਹ ਹੈਗਾ ਵੀ ਉੱਥੇ ਜਿਹੜਾ ਹੈਗਾ ਮੇਰਾ ਮਕਸਦ ਇਸ ਵੀਡੀਓ ਬਣਾਉਣ ਦਾ ਹੈਗਾ ਕਿ ਉਹ ਜਿਹੜਾ ਕਿਰਪਾਨ ਹੈਗੀ ਜਾਂ ਉੱਥੇ ਬੁਲਾਈ ਹੈਗੀ ਉਹ ਟਾਓ। ਅੱਜ ਗੁਰਦੁਆਰਿਆਂ 'ਚ ਇਹ ਕਿਰਪਾਨਾਂ ਰੱਖੀ ਹੈ, ਇਹਨਾਂ ਨੂੰ ਪੁੱਛੇ ਵੀ ਸਿੱਖ ਦਾ ਨਾ ਕੋਈ ਬੈਰੀ ਨਾ ਹੈ ਬੇਗਾਨਾ, ਇਹ ਕਿਰਪਾਨਾਂ ਕਿਹਦੇ ਮਾਰਨੀਆਂ ਨੇ, ਇਹ ਬੇਵਕੂਫੀ ਹੈਗੀ। ਖਾਲਸਾ ਜਿਹੜਾ ਹੈਗਾ ਤੀਜਾ ਪੰਥ ਹੈਗਾ, ਤੀਜੇ ਪੰਥ ਦੇ ਜਿਹੜੇ ਲੋਕ ਹੈਗੇ ਨੇ ਉਹ ਦੂਜੇ ਪੰਥ ਦੇ ਘਰ ਨਹੀਂ ਆਉਂਦੇ, ਕਿਉਂਕਿ ਦੂਜੀ ਜਮਾਤ ਉਹਨਾਂ ਨੇ ਪਾਸ ਕਰ ਲਈ। ਇਸ ਕਰਕੇ ਖਾਲਸਾ ਜੇ ਜਾਂਦਾ ਹੈਗਾ ਅੰਮ੍ਰਿਤਸਰ ਹਰਿਮੰਦਰ ਸਾਹਿਬ ਪਹਿਲਾਂ ਤਾਂ ਉਹਨੂੰ ਜਾਣ ਦੀ ਲੋੜ ਨਹੀਂ ਹੈਗੀ, ਕਿ ਉਹ ਤਾਂ ਹੈਗਾ ਸ਼ਕਤੀ ਦੇ ਭਗਤੀ, ਉਹ ਹੈਗਾ ਭਗਤੀ ਮਾਰਗ ਤੇ ਭਗਤੀ ਤੇ ਨਿਮਰੇ ਸੰਤਾਂ ਦਾ ਹੈਗਾ, ਉਹ ਦੋਨਾਂ ਦਾ ਭਗਤੀ ਮਾਰਗ ਹੈਗਾ ਸਿੱਖਾਂ ਦਾ, ਤੇ ਨਿਰਮੇ ਸੰਤ ਜਿਹੜੇ ਕਿ ਉਪਦੇਸ਼ ਦਿੰਦੇ ਨੇ, ਉਹ ਨਾਮ ਦਾ ਖੰਡਾ ਚਲਾਉਂਦੇ ਨੇ। ਤੇ ਇਸ ਕਰਕੇ ਲੋਹੇ ਦੀ ਕਿਰਪਾਨ ਜਾਂ ਉੱਥੇ ਕਿਸੇ ਹਥਿਆਰ ਲਿਜਾਣਾ ਬਿਲਕੁਲ ਮਨਾ ਹੈਗਾ। ਤੇ ਇਸ ਕਰਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਇਸ ਕੰਪਲੈਕਸ 'ਚ ਨਹੀਂ ਆਏ, ਕਿਉਂ ਇੱਥੇ ਉਹਨਾਂ ਦਾ ਕਰੂਰਾ ਨਹੀਂ ਲੜਦਾ ਸੀ। ਤੇ ਇਹ ਉੱਥੇ ਭਿੰਡਰਾਂਵਾਲਾ ਉੱਥੇ ਕਿਰਪਾਨ ਲੈ ਕੇ ਤੇ ਹਥਿਆਰ ਬੰਦੂਕਾਂ ਲੈ ਕੇ ਵੜ ਗਿਆ। ਇਹ ਟੈਰਰਿਸਟ ਸੀਗਾ ਨਾ, ਇਹ ਸਿੱਖ ਸੀਗਾ, ਸਿੱਖ ਸੀਗਾ ਭਾਈ ਘਨੱਈਆ ਜੀ। ਤੇ ਖਾਲਸੇ ਜਿਹੜੇ ਹੁੰਦੇ ਨੇ ਉਹ ਤੱਤ ਖਾਲਸੇ ਹੁੰਦੇ ਨੇ, ਉਹ ਲੜਦੇ ਨੇ, ਉਹ ਜੰਗਲਾਂ 'ਚ ਰਹਿੰਦੇ ਨੇ, ਘਰਾਂ 'ਚ ਨਹੀਂ ਰਹਿੰਦੇ, ਕਿ ਉਹਨਾਂ ਦੇ ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ, ਫਿਰ ਇੱਕ ਦਾ ਸਿਰ ਅਤੇ ਦੂਜੇ ਦਾ ਧੜ ਸੀਤਾ ਸੀਗਾ, ਫਿਰ ਉਹਨਾਂ ਨੂੰ ਜੀਵਤ ਕੀਤਾ ਸੀ ਅੰਮ੍ਰਿਤ ਨਾਲ। ਜਦੋਂ ਧੜ ਕਿਸੇ ਦਾ ਹੋਵੇ ਤਾਂ ਸਿਰ ਕਿਸੇ ਦਾ ਹੋਵੇ ਕਿਹਦੇ ਘਰ ਜਾਊਗਾ, ਇਸ ਕਰਕੇ ਬਿਲਕੁਲ ਹੀ ਜਾਂਦਾ। ਕੜਾ ਜਿਹੜਾ ਹੁੰਦਾ ਹੈਗਾ ਇਹ ਹੈਗਾ ਵੀ ਘਰ ਛੱਡ ਦਿੱਤਾ ਸੀ, ਅਸੀਂ ਉਹ ਅਕਾਲ ਪੁਰਖ ਦੀ ਫੌਜ ਬਣ ਗਏ। ਪਹਿਲਾਂ ਹੁੰਦਾ ਨਾ ਜਦੋਂ ਡਰਦੇ ਹੁੰਦੇ ਸੀਗੇ ਬਾਦਸ਼ਾਹਾਂ ਦੀ ਲਈ ਫੌਜੀ, ਉਦੋਂ ਧਾਗੇ ਦਾ ਜਿਹੜੀ ਕਹਿੰਦੇ ਉਹਨੂੰ ਧਾਗਾ ਬੰਨਦੇ ਹੁੰਦੇ ਸੀਗੇ, ਤੇ ਬਣਦੇ ਨਾ ਆਪਣੇ ਜਦੋਂ ਰਸਮ ਹੈਗੀ ਨਾ ਆਪਣੇ ਧਾਗੇ ਬੰਨਣ ਦੀ, ਤੇ ਉਹ ਧਾਗਾ ਜਦੋਂ ਲੜਾਈ ਕਰਨ ਜਾਣਾ ਉਦੋਂ ਬੰਨ ਦੇਣਾ ਪੈਣਾ ਨੇ ਵੀ ਰਕਸ਼ਾ ਲਈ, ਤੇ ਜਦੋਂ ਵਾਪਸ ਆ ਜਾਣਾ ਉਹ ਫਿਰ ਘਰਾਂ 'ਚ ਉਹਨਾਂ ਨੇ ਵਸਣਾ, ਉਹ ਟੁੱਟ ਜਾਂਦਾ ਸੀ, ਧੱਸ ਜਾਂਦਾ ਸੀ। ਇਹ ਜਦੋਂ ਹੈਗਾ ਇਹ ਕੁਰਬਾਨੀ ਦਿੱਤੀ ਉਹਨਾਂ ਨੇ, ਭੇਟ ਮੰਗੀ ਸੀ ਪੰਜਾਂ ਸਿਰਾਂ ਦੀ, ਸਿਰਾਂ ਦੀ ਭੇਟ ਮੰਗੀ ਸੀ, ਤੇ ਉਹ ਉਹਨਾਂ ਨੇ ਫਿਰ ਲੋਹੇ ਦਾ ਕੜਾ ਪਾਇਆ ਸੀਗਾ ਵੀ ਹੁਣ ਤੁਸੀਂ ਘਰ ਨਹੀਂ ਜਾ ਸਕਦੇ ਵਾਪਸ, ਹੁਣ ਤੁਸੀਂ ਅਕਾਲ ਪੁਰਖ ਦੀ ਪੱਕੀ ਫੌਜ ਹੈਗੀ। ਇਹ ਜਿਹੜੇ ਭਾਈ ਫਿਰਦੇ ਨਾ ਗਧੇ, ਜਿਹੜਾ ਨਾਨਕ ਦੇ ਨਾਲ ਅਸਰ ਖਾਰ ਜੇ ਬਿਨ ਗੁਣ ਕਰਾ ਬਕਰੰਤ, ਇਹ ਜਿਹੜੇ ਕੜੇ ਭਾਈ ਫਿਰਦੇ ਨਾ ਗੁਰਦੁਆਰਿਆਂ 'ਚ ਤਾਂ ਹੋਰ, ਅਤੇ ਆਪਣੇ ਆਪ ਨੂੰ ਕਹਿੰਦੇ ਸਿੱਖ ਹੈਗੇ, ਸਿੱਖ ਥੋੜ੍ਹੇ ਉਹ ਤਾਂ ਖਾਲਸਾ ਹੁੰਦਾ ਹੈਗਾ, ਖਾਲਸੇ ਦਾ ਨਾਂ ਸਰਨੇਮ ਸਿੰਘ ਹੈਗਾ, ਉਹਦੇ ਮਗਰ ਗੋਤ ਨਹੀਂ ਲੱਗਦਾ ਪਿਆ, ਅਤੇ ਉਹਦੇ ਸਿਰ ਵੀ ਆਪਣਾ ਦੇ ਦਿੱਤਾ, ਉਹ ਪਿਓਰਲੀ ਸਪਿਰਚੁਅਲ ਹੁੰਦੀ ਫੌਜ। ਅਤੇ ਇਹ ਜਿਹੜੇ ਹੈਗੇ ਨੇ ਜਿਹੜਾ ਮਗਰ ਸਿੱਖ ਨੇ, ਜਿਹੜਾ ਸਿੰਘ ਲਾਵੇ ਨਾ ਮਗਰ
ਕਿਉਂ ਉਹਨੇ ਅੰਮ੍ਰਿਤ ਨਹੀਂ ਨਾ ਛਕਿਆ, ਜੇ ਛਕਿਆ ਤਾਂ ਉਹਨੂੰ ਜੰਗਲਾਂ 'ਚ ਰਹਿਣਾ ਚਾਹੀਦਾ ਹੈਗਾ, ਜੇ ਘਰਾਂ 'ਚ ਰਹਿੰਦਾ ਹੈਗਾ ਉਹ ਬੰਦਾ ਬਹਾਦਰ ਦਾ ਖਾਲਸਾ ਹੈਗਾ। ਬੰਦਾ ਬਹਾਦਰ ਜਿਹੜਾ ਸੀ ਬਲੇਸ਼ ਖਾਲਸਾ ਸੀਗਾ, ਬੰਦੇਈ ਖਾਲਸਾ ਉਹਨੂੰ ਕਹਿੰਦੇ। ਤੇ ਉਹ ਜਦੋਂ ਇਹਨੂੰ ਇਹ ਸੋਢੀ ਖੱਤਰੀ ਸੀਗਾ ਆਪਣੇ ਬੰਦਾ ਬਹਾਦਰ, ਤੇ ਇਹਨੂੰ ਖਾਸ ਕਰਕੇ ਉਹਨਾਂ ਨੇ ਲੱਭਿਆ ਸੀਗਾ ਕਿ ਉਹ ਚਤਰ ਚਲਾਕ ਸੀਗਾ, ਜਿਹਦੇ ਤੋਂ ਸਿੱਖਦਾ ਸੀ ਉਹਨੂੰ ਮਾਰਦਾ ਸੀ ਬਾਅਦ। ਇਸ ਕਰਕੇ ਜਦੋਂ ਇਹਨੇ ਦਿੱਤੇ ਹਥਿਆਰ ਉੱਥੇ ਸਰਹੰਦ ਦਾ ਦਿੱਤਾ ਵੀ ਉੱਥੇ ਬਦਲਾ ਰੱਖਿਆ, ਤੇ ਜਦੋਂ ਇਹਨੇ ਟੈਸਟ ਕੀਤੇ ਸਾਰੇ ਹਥਿਆਰ ਦੇ ਉਹ ਠੀਕ ਨਿਕਲੇ, ਫਿਰ ਉਹਦੇ 'ਚ ਆ ਕੇ ਵੀ ਹੁੰਦਾ ਤਾਂ ਠੀਕ ਰਹਿਣਾ, ਮੇਰੀ ਤਾਂ ਹੁਣ ਬਹੁਤ ਵਾਹਵਾ ਹੁੰਦੀ ਹੈਗੀ ਲੋਕਾਂ 'ਚ। ਉਹਨੇ ਮੂੰਹ ਆਪਣਾ ਫਿਰ ਪਬਲਿਕ ਵੱਲ ਕਰ ਲਿਆ ਸੀਗਾ, ਪਾਰਬ੍ਰਹਮ ਤੋਂ ਪਰੇ ਪਿੱਠ ਕਰ ਦਿੱਤੀ, ਉੱਧਰ ਵਿਆਹ ਕਰਾ ਲਿਆ। ਤੇ ਵਿਆਹ ਕਰਾ ਲਿਆ ਤੇ ਦੁਨਿਆਵੀ ਰਾਜ ਕਰਨ ਲੱਗ ਪਿਆ। ਫਿਰ ਉਹ ਸ਼ਕਤੀ, ਉਹ ਜਿਹੜੀ ਸ਼ਕਤੀ ਸੀ ਉਹ ਜਾਂਦੀ ਰਹੀ। ਫਿਰ ਜਦੋਂ ਸ਼ਕਤੀ ਜਾਂਦੀ ਰਹੀ ਤੇ ਫਿਰ ਮਾਰਿਆ ਗਿਆ, ਪਕੜਿਆ ਗਿਆ। ਉਹ ਜਿਹੜੇ ਨਾਲ ਬੁੱਧੂ ਸੀਗੇ ਨਾ, ਖਾਣ ਪੀਣ ਨੂੰ ਬਾਂਦਰੀ, ਸੋਟੇ ਖਾਣ ਨੂੰ ਰਿਸ਼, ਉਹ ਜਿਹੜੇ ਬੁੱਧੂ ਸੀ ਉਹ ਵੀ ਨਾਲ ਪਕੜੇ ਗਏ। ਤੇ ਉਹ ਦੇਖ ਲਓ ਵੀ ਕਿੰਨੇ ਮਾਰੇ ਸੀਗੇ। ਜਿਹੜਾ ਤੱਤ ਖਾਲਸਾ ਸੀ ਉਹਨਾਂ ਤੋਂ ਜੁਦਾ ਸੀਗਾ, ਉਹਨੂੰ ਕਪੂਰਥਲੇ ਦੀ ਰਿਆਸਤ ਦਿੰਦਾ ਸੀ ਨਵਾਬ ਵੀ ਇੱਥੇ ਰਹੋ ਤੇ ਤੁਸੀਂ ਨਾ ਕਰੋ ਛੇੜਾ ਹੇੜਾ ਫੇਰੀ, ਛੇੜੋ ਛੂੜੋ ਨਾ, ਆਰਾਮ ਨਾ ਪਸੋ। ਉਹ ਕਹਿੰਦੇ ਅਸੀਂ ਖਾਲਸੇ ਹੈਗੇ ਹਾਂ, ਅਸੀਂ ਕਾਰੋਬਾਰ ਸਾਡੇ ਛੱਡਿਆ ਹੋਇਆਗਾ, ਅਸੀਂ ਤਾਂ ਜੰਗਲਾਂ 'ਚ ਰਹਿਣ ਵਾਲੇ ਹੈਗੇ ਹਾਂ। ਇਸ ਕਰਕੇ ਉਹ ਜਿਹੜਾ ਸੀਗਾ ਉਹ ਨਵਾਬ ਉਹਦੇ ਚੀਰ ਕਹਿੰਦਾ ਵੀ ਜ਼ਰੂਰ ਲਵੋ। ਉਹਨੇ ਕਿਹਾ ਜਿਹੜਾ ਲਿੱਧ ਚੱਕਦਾ ਨਾ ਕਿ ਜਿਹੜਾ ਇਹਨੂੰ ਦੇ ਦਿਓ, ਉਹਨਾਂ ਫਿਰ ਲਿੱਧ ਚੱਕਣ ਨਾਲ ਇਹਨੂੰ ਦੇ ਦਿੱਤੀ ਸੀਗੀ। ਇਸ ਤਰ੍ਹਾਂ ਇਹ ਬਾਦਸ਼ਾਹ ਜਿਹੜਾ ਬਣਿਆ ਸੀ ਕਪੂਰਥਲੇ ਦਾ। ਅਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਦੱਸ ਸਕਦਾ ਹੈਗਾ, ਅਤੇ ਮੇਰੀ ਕਿਤਾਬ ਹੈਗੀ ਇੱਕ ਆ ਹੈਗੀ ਅੰਗਰੇਜ਼ੀ 'ਚ, ਇਹਦੀ ਵੀ ਰਿਵੀਜ਼ਨ ਕਰਨ ਵਾਲੀ ਇੱਕ ਪੰਜਾਬੀ ਸੀਗੀ। ਇਹ ਦੋਨੋਂ ਇੰਟਰਨੈਟ 'ਤੇ ਮਿਲ ਜਾਣਗੇ ਤੁਹਾਨੂੰ, ਕੱਖ ਉਹਨੇ ਲੱਕ। ਅਤੇ ਇਹ ਕਰਕੇ ਜਿਹੜੇ ਗੁਰਮੁਖ ਸਿੱਖ ਹੈਗੇ ਨੇ ਉਹ ਉਹਨਾਂ ਨੂੰ ਦੱਸਣ ਵੀ ਇਹ ਜਿਹੜਾ ਖੰਡਾ ਲਾਇਆ ਉੱਥੇ ਜਾਂ ਉੱਥੇ ਕਿਰਪਾਨ ਲਾਈ ਹੈਗੀ, ਇਹ ਨਾਨਕ ਦੀ ਬੇਅਦਬੀ ਹੈਗੀ, ਅਤੇ ਇਸ ਕਰਕੇ ਇਹਨੂੰ ਢਾਓ, ਢਾ ਕੇ ਇੱਥੇ ਬਣਾਓ ਵੱਡਾ ਸਾਰਾ ਪਲਾਕਾਰਡ, ਉੱਥੇ ਲਿਖੋ ਅਵਲ ਅੱਲਾ ਨੂਰ ਪਾਇਆ, ਅਤੇ ਭਗਤ ਕਬੀਰ ਜੀ ਦੇ ਲਾਉਣੀ ਜੇ ਫੋਟੋ ਲਾ ਦਿਓ, ਪਰ ਫੋਟੋ ਲਾਉਣੀ ਨਹੀਂ ਚਾਹੀਦੀ, ਕਿ ਭਗਤਾਂ ਦਾ ਜਿਹੜਾ ਉਹਦਾ ਬੋਲੀ ਜਿਹੜੀ ਉਹੀ ਫੋਟੋ ਹੈਗੀ। ਅਤੇ ਇੱਕ ਪਾਸੇ ਮਨੋਰਾ ਲਾਓ, ਦੂਏ ਪਾਸੇ ਮਨੋਰਾ ਲਾਓ, ਉਹਦੀ ਜਗ੍ਹਾ ਵੀ ਗੱਭੀ ਬੱਤੀ ਅੱਲਾ ਦੀ, ਉਹ ਦੂਜੀ ਜਿਹੜੀ ਉਹ ਖਲਕ ਦੀ ਯਾਨੀ ਲੋਕਾਂ ਦੀ, ਭਾਂਡੇ ਜਿਹੜੇ ਘੁਮਿਆਰ ਨੇ ਬਣਾਏ, ਬ੍ਰਹਮਾ ਖੁਦਾ ਅਤੇ ਯਾਵੇ ਇਹ ਘੁਮਿਆਰ ਹੈਗੇ ਨੇ, ਇਹਨਾਂ ਦੀ ਆ ਬਣਾਏ ਹੋਏ ਭਾਂਡੇ ਵਿੱਚ ਜਿਹੜਾ ਰੂਹ ਹੈਗੀ ਉਹ ਅੱਲਾ ਦੀ ਹੈਗੀ। ਅਵਲ ਅੱਲਾ ਨੂਰ ਪਾਇਆ, ਕੁਦਰਤ ਦੇ ਸਭ ਬੰਦੇ ਅਤੇ ਸਾਰੇ ਉਹਦੇ ਬੰਦੇ ਨੇ, ਅਤੇ ਫਿਰ ਕਿਹਦੇ ਨਾਲ ਕਿਹੜਾ ਕਿਹਦਾ ਮੇਰਾ ਬੈਰੀ ਬੁਰੀ ਕੋਈ ਨਹੀਂ ਹੈਗਾ, ਮੇਰਾ ਇਹ ਹੈਗਾ ਜਿਹੜਾ ਸਾਰਾ ਸੰਦੇਸ਼ ਹੈ। ਉਹਦੇ 'ਚ ਇੱਕ ਮੈਂ ਯੂਟਿਊਬ ਦਾ ਵੀਡੀਓ ਮੈਂ ਹੈਗਾ, ਕਿਸੇ ਨੇ ਕੀਰਤਨ ਕੀਤਾ ਹੈਗਾ ਉਹ ਫਾਲਤਾ ਹੈ, ਉਹ ਸੁਣੋ ਅਤੇ ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕੀ ਮੈਂ ਬੋਲ ਰਿਹਾ ਹੈਗਾ। ਅੱਗੇ ਤੁਹਾਡੀ ਮਰਜ਼ੀ, ਕੋਟਨ ਮੇਂ ਇੱਕ ਸਿੱਖ ਹੁੰਦਾ ਹੈਗਾ, ਅਤੇ ਸਿੱਖੀ ਜਿਹੜੀ ਹੈਗੀ ਇੰਨੀ ਚੀਪ ਨਹੀਂ ਹੈਗੀ ਜਿੰਨੀ ਕਿ ਤੁਸੀਂ ਸਮਝਦੇ ਹੋ। ਪੱਕਾ ਸਿੱਖ ਮੁਸਲਮਾਨ ਹੁੰਦਾ ਹੈਗਾ, ਮੁਸਲਮਾਨ ਜਿਹੜਾ ਅਰਬ ਹੈਗਾ ਮੁਸੱਲਮ ਇਮਾਨ, ਮੁਸੱਲਮ ਇਮਾਨ ਲਈ ਚਾਰ ਚੀਜ਼ਾਂ ਚਾਹੀਦੀਆਂ ਨੇ, ਹਯਾ ਸੱਚ ਬੋਲੇ, ਸੰਤੋਖੀ ਹੋਵੇ ਅਤੇ ਦਇਆਵਾਨ। ਜੇ ਹਯਾ ਹੋਏਗੀ ਤਾਂ ਤੁਹਾਨੂੰ ਫਿਰ ਆਪਣੇ ਖਾਨਦਾਨ ਦੀ ਹਯਾ ਹੋਏਗੀ, ਜਿੱਦਾਂ ਕਿ ਜੌਨ ਦੀ ਉਹਨੇ ਜੌਨ ਦੀ ਬਾਪਟਿਸਟ, ਜੌਨ ਦੀ ਬਾਪ ਜਿਹੜਾ ਬਾਪਟਿਸਟ ਸੀਗਾ ਉਹ ਦੁਖੀ, ਉਹਨੇ ਇਬਰਾਹਿਮ ਦੇ ਨਾਂ ਦੀ, ਇਬਰਾਹਿਮ ਜਿਹੜਾ ਸੀਗਾ ਇੱਕ ਆਦਮ ਸੀਗਾ,
ਸ਼ਹਿਰਾ ਈਵ ਸੀਗੀ, ਪ੍ਰੋਮਿਸਡ ਲੈਂਡ ਗਾਰਡਨ ਆਫ ਈਡਨ ਹੈਗਾ, ਉਹਨੇ ਤਾਂ ਉਹਨੇ ਕਾਇਮ ਕੀਤਾ ਸੀਗਾ। ਇਹ ਹੈਗਾ ਹਿਜਾ, ਫਿਰ ਸੱਚ ਬੋਲੇ, ਇਹਨੂੰ ਕਹਿੰਦੇ ਸ਼ਰਮ, ਸੱਚ ਬੋਲੇ, ਸੰਤੋਖੀ ਹੋਵੇ ਤੇ ਦਇਆ ਵਾਲੇ, ਇਹਨੂੰ ਕਹਿੰਦੇ, ਇਹਨਾਂ ਨੂੰ ਧਰਮ ਕਹਿੰਦੇ ਤਿੰਨਾਂ ਨੂੰ, ਇਹਨੂੰ ਸ਼ਰਮ ਕਹਿੰਦੇ। ਜਿੱਥੇ ਸ਼ਰਮ ਹੋਏਗੀ ਉੱਥੇ ਧਰਮ ਹੋਏਗਾ। ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਸ਼ਰਮ ਜਿਹੜੀ ਹੈਗੀ ਹਜਾ ਅੱਧਾ ਅੱਧਾ ਈਮਾਨ ਹੈਗਾ, ਇਹ ਸ਼ੁਰੂ ਹੁੰਦਾ। ਇਹ ਜਿਹੜੀ ਹੈਗਾ ਆਪਣੇ ਹੱਜ ਹੈਗਾ, ਹੱਜ ਤੁਹਾਨੂੰ ਆਪਣੇ ਕਬੀਲੇ ਦਾ ਪਿਓ ਦਾ ਬਣਾਉਂਦਾ ਹੈਗਾ। ਹੱਜ ਜਿਹੜਾ ਹੁੰਦਾ ਸੀ 12 ਤੋਂ 16 ਸਾਲ ਦੇ ਮੁੰਡਿਆਂ ਲਈ ਹੁੰਦਾ ਸੀਗਾ, ਉਹ ਕਾਬੇ ਨੂੰ ਸੱਜੇ ਹੱਥ ਰੱਖ ਕੇ ਕਰਦੇ ਸੀਗੇ। ਸੱਜੇ ਹੱਥ ਰੱਖਣ ਦਾ ਮਤਲਬ ਇਹ ਮੰਨਦੇ ਆ ਇਹਨੂੰ, ਬਾ ਇਲਾ। ਅੱਜ ਜਾਂਦੇ ਨੇ ਖੱਬੇ ਹੱਥ ਰੱਖ ਕੇ ਆਉਂਦੇ ਉਹਨੂੰ, ਖੱਬ ਹੱਥ ਮਤਲਬ ਹੁੰਦਾ ਲਾ ਇਲਾ, ਇਹਦੀ ਛੱਡ ਦਿੱਤਾ ਆਪਣਾ ਪਿਓ, ਛੱਡ ਕੇ ਪਿਓ ਦਾ ਕਹਿੰਦੇ ਹਜਾ ਕਿੱਥੋਂ ਲਿਆਓਗੇ ਫਿਰ, ਤਦੇ ਬੇਹਜਾ ਹੋ ਗਿਆ ਨਾ, ਤਦੇ ਨਾਨਕ ਆਇਆ। ਜਿਹੜਾ ਬੇਹਜਾ ਇਹ ਲੁੱਟਣ ਮਾਰਨ ਲੱਗ ਪਏ, ਫਿਰ ਨਾਨਕ ਆਇਆ ਉਹਨਾਂ ਨੂੰ ਦੱਸਣ ਲਈ ਵੀ ਆਪਣਾ ਹੱਕ ਲਾਲ ਖਾਓ ਤੇ ਮੁਸਲਮਾਨ ਬਣੋ। ਤੇ ਪਹਿਲਾਂ ਤਾਂ ਚੰਗੇ ਸੀਗੇ, ਫਿਰ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਇਹ ਖਰਾਬ ਹੋ ਜਾਂਦੀ। ਤਾਂ ਪਹਿਲਾਂ ਅੰਗਰੇਜ਼ ਚੰਗੇ ਸੀਗੇ, ਫਿਰ ਸਮੇਂ ਦੇ ਹਿਸਾਬ ਨਾਲ ਇਹਨਾਂ ਨੇ ਖੱਤਰੀਆਂ ਨੇ ਉਹਨਾਂ ਨੂੰ ਖਰਾਬ ਕਰ ਦਿੱਤਾ ਤੇ ਜਾਣ ਲੱਗੇ ਉਹ ਸਾਡੇ 'ਚ ਝਗੜਾ ਪਾ ਗਏ। ਉਹਦੀ ਸਾਰੀਆਂ ਚੀਜ਼ਾਂ ਮੈਂ ਦੱਸਾਂਗਾ ਜੇ ਕਿਸੇ ਨੂੰ ਇੰਟਰਸਟ ਹੈਗਾ।